ਸਤਿ ਸ਼੍ਰੀ ਅਕਾਲ ਤੁਸੀਂ ਲੋਕਰਣ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇਖ ਰਹੇ ਹੋ ਮੈਂ ਹਾਂ ਗੁਰਜਨ ਸਿੰਘ ਪੰਗੋ ਅੱਜ ਅਸੀਂ ਤੁਹਾਡੇ ਨਾਲ ਇੱਕ ਬੜਾ ਗੰਭੀਰ ਅਹਿਮ ਵਿਸ਼ਾ ਚਰਚਾ ਕਰਾਂਗੇ ਉਸ ਵਿਸ਼ੇ ਦੀ ਚਰਚਾ ਨਸ਼ਾ ਨਸ਼ੇ ਬਾਰੇ ਇੱਕ ਗੱਲਬਾਤ ਕਰਾਂਗੇ ਨਸ਼ੇ ਦੀ ਪ੍ਰਭਾਵਸ਼ਾ ਸਮਝਾਂਗੇ ਨਸ਼ੇ ਨੂੰ ਸਮਝਾਂਗੇ ਮੈਂ ਨਸ਼ੇ ਨੂੰ ਇਹ ਗੱਲ ਐ ਨਹੀਂ ਕਹੀ ਕਿ ਅਸੀਂ ਨਸ਼ੇ ਦੇ ਮੁੱਦੇ ਦੀ ਗੱਲ ਕਰਾਂਗੇ ਮੁੱਦਾ ਇਸ ਕਰਕੇ ਨਹੀਂ ਕਿਉਂਕਿ ਅਸੀਂ ਕਿਹੜਾ ਕੋਈ ਰਾਜਨੀਤਿਕ ਜੋ ਹਰ ਇੱਕ ਚੀਜ਼ ਨੂੰ ਮੁੱਦਾ ਬਣਾ ਕੇ ਪੇਸ਼ ਕਰਦੇ ਆਂ ਗੱਲਬਾਤ ਨਸ਼ੇ ਦੀ ਕਰਾਂਗੇ ਕਿ ਜੋ ਨਸ਼ੇ ਦਾ ਸਨੈਰੀਓ ਪੋਲਿਟਿਕਲ ਕਲਾਸ ਵੱਲੋਂ ਸਿਰਜਿਆ ਜਾਂਦਾ ਕਿ ਇਹ ਸਨੈਰੀਓ ਉਦਾਂ ਹੀ ਹੈ ਜੋ ਦ੍ਰਿਸ਼ ਜੋ ਪਿਕਚਰ ਹਾਕਮ ਜਮਾਤ ਵੱਲੋਂ ਜਾਂ ਰਵਾਇਤੀ ਪਾਰਟੀ ਵੱਲੋਂ ਪੇਸ਼ ਕੀਤੀ ਜਾਂਦੀ ਹੈ ਚੋਣਾਂ ਦੇ ਦਿਨਾਂ ਵਿੱਚ ਉਸ ਗੱਲ ਨੂੰ ਮੁੱਦਾ ਬਣਾ ਕੇ ਕਿ ਉਹ ਉਦਾਂ ਹੀ ਹੈ ਜਾਂ ਉਹਦੇ ਦੀ ਪਿੱਛੇ ਦੀ ਸਚਾਈ ਕੁਝ ਹੋਰ ਹੈ ਅੱਜ ਸਾਡੇ ਨਾਲ ਇਸ ਅਹਿਮ ਮਸਲੇ ਤੇ ਗੱਲਬਾਤ ਕਰਨ ਦੇ ਲਈ ਅਹਿਮ ਸ਼ਖਸੀਤ ਡਾਕਟਰ ਰਣਵਿੰਦਰ ਸਿੰਘ ਨੇ ਡਾਕਟਰ ਰਣਵਿੰਦਰ ਸਿੰਘ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਚਾਣਨਾ ਪਾਉਣਾ ਚਾਹਣਾ ਡਾਕਟਰ ਰਵਿੰਦਰ ਸਿੰਘ ਅੰਮ੍ਰਿਤਸਰ ਗੁਰਮਾਨ ਲਖ ਦੇ ਯੂਨੀਵਰਸਿਟੀ ਦੇ ਵਿੱਚ ਲੰਮਾ ਸਮਾਂ ਉੱਥੇ ਉਹ ਪ੍ਰੋਫੈਸਰ ਰਹੇ ਨੇ ਤੇ ਮੇਰੇ ਹੱਥ ਦੇ ਵਿੱਚ ਕਿਤਾਬ ਹੈ ਉਹਨਾਂ ਦੀ ਡਰਗ ਐਡੀਸ਼ਨ ਇਨ ਪੰਜਾਬ ਇਸ ਕਿਤਾਬ ਦੇ ਚਰਚੇ ਪੋਲੀਟੀਕਲ ਕਲਾਸ ਦੇ ਵਿੱਚ ਵੀ ਬੜੇ ਦੂਰ ਦੂੜੇ ਤੱਕ ਲੱਗੇ ਨੇ ਕਈ ਲੀਡਰਾਂ ਨੇ ਇਸ ਕਿਤਾਬ ਨੂੰ ਪੜ੍ਹ ਕੇ ਪੰਜਾਬ ਦਾ ਜੋ ਨਸ਼ੇ ਦਾ ਸਿਸਟਮ ਹੈ ਨਸ਼ੇ ਦੀ ਇਨ ਸਿਨੈਰੀਓ ਬਣਿਆ ਹੋਇਆ ਜੋ ਉਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਪਿਛਲੇ ਦਿਨੀ ਡਾਕਟਰ ਸਾਹਿਬ ਦਾ ਇੱਕ ਨਸ਼ਿਆਂ ਨੂੰ ਲੈ ਕੇ ਪੰਜਾਬੀ ਅਖਬਾਰ ਦੇ ਵਿੱਚ ਆਰਟੀਕਲ ਪਬਲਿਸ਼ ਹੋਇਆ ਸੀ ਜਿੱਦਾਂ ਟਾਈਟਲ ਸੀ ਕਿ ਨਸ਼ਿਆਂ ਦੀ ਸਮਝ ਦੀ ਘਾਟ ਜਾਂ ਫਿਰ ਇੱਕ ਤਰਫਾ ਰਣਨੀਤੀ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਰਣਵੀਂਦਰ ਸਿੰਘ ਨੇ ਡਾਕਟਰ ਰਣਵੀਂਦਰ ਸਿੰਘ ਸੰਧੂ ਸੰਧੂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਲੋਗ ਰੰਗ ਤੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਟਾਈਮ ਬਖਸ਼ਿਆ ਸਾਨੂੰ ਹਾਂ ਜੀ ਲਕਸਬ ਤੁਹਾਡੀ ਕਿਤਾਬ ਮੇਰੇ ਹੱਥ ਹੈ ਡਰਗ ਡਿਸ਼ ਐਡਿਕਸ਼ਨ ਇਨ ਪੰਜਾਬ ਐਡਿਕਸ਼ਨ ਇਨ ਪੰਜਾਬ ਤੁਸੀਂ ਪਿਛਲੇ ਦਿਨ ਤੁਹਾਡਾ ਆਰਟੀਕਲ ਵੀ ਪਬਲਿਸ਼ ਹੋਇਆ ਸੀ ਜਿਹਦਾ ਸਰਲਈਖੇ ਇਹ ਸੀ ਕਿ ਨਸ਼ਿਆਂ ਪ੍ਰਤੀ ਸਮਝ ਦੀ ਘਾਟ ਤੇ ਇੱਕ ਤਰਫਾ ਰਣਨੀਤੀ ਤੁਸੀਂ ਥੋੜਾ ਜਿਹਾ ਆਪ ਨਸ਼ੇ ਬਾਰੇ ਅੱਗੇ ਜਾ ਕੇ ਵੀ ਗੱਲਬਾਤ ਕਰਾਂਗੇ ਇੱਕ ਸਾਨੂੰ ਅਹਿਮ ਦੱਸੋ ਕਿ ਅਸਲ ਦੇ ਵਿੱਚ ਨਸ਼ਾ ਹੈ ਕੀ ਦੇਖੋ ਨਸ਼ਾ ਇੱਕ ਉਹ ਪਦਾਰਥ ਹੈ ਜਦੋਂ ਕੋਈ ਬੰਦਾ ਸੁੰਘਦਾ ਖਾਂਦਾ ਪੀਂਦਾ ਜਾਂ ਇੰਜੈਕਟ ਕਰਦਾ ਤਾਂ ਉਹ ਦਾ ਤੁਹਾਡਾ ਜਿਹੜਾ ਤੰਤੂ ਪ੍ਰਣਾਲੀ ਹੈ ਜਿਹਨੂੰ ਅੰਗਰੇਜ਼ੀ ਚ ਆਪਾਂ ਨਰਵਸ ਸਿਸਟਮ ਕਹਿੰਦੇ ਆ ਉਹ ਨੂੰ ਮੋਡੀਫਾਈ ਕਰ ਦਿੰਦੀ ਹੈ ਉਹਦੇ ਤੁਹਾਡੇ ਬਿਹੇਵੀਅਰ ਨੂੰ ਮੋਡੀਫਾਈ ਕਰ ਦਿੰਦੀ ਹੈ ਸੋ ਕੋਈ ਵੀ ਚੀਜ਼ ਹੈ ਜਿਹਦੇ ਖਾਣ ਨਾਲ ਪੀਣ ਨਾਲ ਸੁੰਘਣ ਨਾਲ ਇੰਜੈਕਟ ਕਰਨ ਨਾਲ ਤੁਹਾਡਾ ਜਿਹੜਾ ਜਿਹੜਾ ਵਰਤਾਅ ਚੇਂਜ ਹੋਏ ਤੇ ਪੋਜ਼ਿਟਿਵ ਸਾਈਡ ਵੱਲ ਹੋਏ ਜਾਂ 네ਗਟਿਵ ਸਾਈਡ ਵੱਲ ਹੋਏ ਉਹਨੂੰ ਅਸੀਂ ਨਸ਼ਾ ਕਹਿੰਦੇ ਆ ਨਸ਼ਾ ਕਹਿੰਦੇ ਆ ਹਾਂਜੀ ਇਹ 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 ਮੇਨ ਇੱਕ ਮੁੱਦਾ ਇੱਕ ਹੀ ਗੱਲ ਹੈ ਇਹ ਬਿਲਕੁਲ ਹਾਂਜੀ ਤੇ ਪਿਛਲੇ ਦਿਨੀ ਜੋ ਮੈਂ ਥੋੜਾ ਆਰਟੀਕਲ ਪੜਿਆ ਤੁਸੀਂ ਜੋ ਇੱਕ ਨਾ ਜਿਵੇਂ ਸ਼ੁਰੂਆਤ ਚ ਜ਼ਿਕਰ ਕੀਤਾ ਸੀ ਕਿ ਪੋਲੀਟੀਕਲ ਕਲਾਸਾਂ ਨੇ ਇੱਕ ਸਿਨੈਰੀਓ ਸਿਰਜਦਾ ਚਾਹੇ ਪੰਜਾਬ ਦੇ ਧਿਰਾਂ ਹੋਣ ਜਾਂ ਫਿਰ ਉਹ ਸੈਂਟਰ ਦੀਆਂ ਹਾਕਮ ਧਿਰਾਂ ਹੋਣ ਜਾਂ ਰਵਾਇਤੀ ਧਿਰਾਂ ਹੋਣ ਉਹ ਕਹਿੰਦੇ ਕਿ ਵੀ ਪੰਜਾਬ ਵਿੱਚ ਤਾਂ ਨਸ਼ਾ ਬਹੁਤ ਹੈ ਪਿੱਛੇ ਜੇ ਇੱਕ ਫਿਲਮ ਵੀ ਆਈ ਸੀ ਪੰਜਾਬ ਤੇ ਉੜਦਾ ਪੰਜਾਬ ਜਿਹਨੂੰ ਦੇਖਦਿਆਂ ਲੱਗਦਾ ਸੀ ਕਿ ਸਾਰਾ ਪੰਜਾਬ ਨਸ਼ੇ 'ਚ ਡੁੱਬਿਆ ਹੋਇਆ ਥੋੜੀ ਗੱਭੀ ਅਰਸਟਰੀ ਹੈ ਪੰਜਾਬ ਦੇ ਨਸ਼ੇ ਨੂੰ ਲੈ ਕੇ ਤੁਹਾਡਾ ਕੀ ਇਸੇ ਬਰਤਾਰਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਵੀ ਜੋ ਤੁਹਾਡੀ ਸਟੱਡੀ ਸੀ 70 75% ਵਾਲੀ ਇਸੇ ਹੋਸ ਸੰਦਰਭ ਦੇ ਵਿੱਚ ਸੀ ਜੋ ਉਸ ਪੱਖ ਰੱਖਿਆ ਗਿਆ ਸਮਾਹ ਸਾਹਮਣੇ ਉਹਨਾਂ ਨੂੰ ਕੰਮ ਵੱਲੋਂ ਜੋ ਨੁਮਾਇੰਦਗੀ ਕਰਦੇ ਨੇ ਪੰਜਾਬ ਦੀ ਉਹ ਪੱਖ ਕੁਝ ਹੋਰ ਸੀ ਉਹ ਥੋੜਾ ਜਿਹਾ ਸੰਖੇਪ ਦੇ ਵਿੱਚ ਜਾ ਕੇ ਆਪਣੀ ਸਟੱਡੀ ਬਾਰੇ ਉਸ ਸਟੱਡੀ ਤੋਂ ਬਾਅਦ ਪੇਪਰ ਬਾਰੇ ਤੇ ਜਿਵੇਂ ਸ਼ੁਰੂਆਤ ਚ ਜ਼ਿਕਰ ਕੀਤਾ ਸੀ ਕਿ ਕਈ ਪ੍ਰੋਪੋਲਿਟਿਸ਼ਨਾਂ ਵੱਲੋਂ ਵੀ ਤੁਹਾਡੀ ਸਟੱਡੀ ਉਹ ਪੜ੍ਹੀ ਗਈ ਜੋ ਤੁਸੀਂ ਸਟੱਡੀਿੰਗ ਕੀਤੀ ਸੀ ਤੁਸੀਂ ਆਹ ਠੀਕ ਕਿਹਾ ਵੀ ਜਿਹੜਾ ਮੇਰੇ ਟਾਈਟਲ ਦਾ ਆਰਟੀਕਲ ਦੇ ਟਾਈਟਲ ਸੀਗਾ ਨਾ ਉਹ ਸੀਗਾ ਵੀ ਨਸ਼ਿਆਂ ਬਾਰੇ ਸਮਝ ਦੀ ਘਾਟ ਪੰਜਾਬ ਵਿੱਚ ਜੀ ਤੇ ਉਹ ਸਮਝ ਦੀ ਘਾਟ ਇਸ ਤਰ੍ਹਾਂ ਹੈ ਵੀ ਕਿਤਾਬ ਤਾਂ ਮੈਨੂੰ ਲੱਗਦਾ ਲੈ ਲੋਕੇ ਤਾਂ ਰੱਖ ਲਈ ਪੜ੍ਹੀ ਬਹੁਤਿਆਂ ਨੇ ਹੈ ਨਹੀਂ ਜੇ ਕਿਸੇ ਨੇ ਪੜ੍ਹੀ ਵੀ ਹੋ ਉਹਨੂੰ ਬਹੁਤੀ ਸਮਝ ਨਹੀਂ ਆਈ ਉਹ ਜਿਹੜਾ ਤੁਸੀਂ 73% ਜਾਂ 75% ਦੀ ਗੱਲ ਕਰਦੇ ਹੋ ਵੀ ਪੰਜਾਬ ਦੇ ਯੂਥ ਨਸ਼ੇੜੀ ਨੇ ਉਹ ਗੱਲ ਇਹ ਸੀਗੀ ਵੀ ਮੈਂ ਜਿਹੜੀ ਸਟੱਡੀ ਕੀਤੀ ਸੀਗੀ ਉਹ ਮੈਂ ਡਰਗ ਐਡਿਕਟਸ ਦੀ ਕੀਤੀ ਸੀ ਨਸ਼ੇੜੀਆਂ ਦੀ ਕੀਤੀ ਸੀ ਤੇ ਉਹ ਨਸ਼ੇੜੀਆਂ ਦੇ ਵਿੱਚ ਇੱਕ ਮੇਰੀ ਲੱਭਤ ਇਹ ਸੀਗੀ ਕਿ 73.5% ਨਸ਼ੇੜੀ ਇਹ ਜੇ ਨੇ ਜਿਹੜੇ ਕਿ 16 ਤੋਂ ਲੈ ਕੇ 35 ਸਾਲ ਤੱਕ ਹੈਗੇ ਨੇ ਤਾਂ ਉਹ ਕਹਿਣ ਦਾ ਮਤਲਬ ਇਹ ਹੈ ਸੀਗਾ ਵੀ ਇਹ ਯੂਥ ਨੂੰ ਜ਼ਿਆਦਾ ਇਫੈਕਟ ਕਰਦੀ ਹੈ ਨਸ਼ਾ ਉਹਨਾਂ 'ਚ ਜ਼ਿਆਦਾ ਹੈ ਤਾਂ ਉਹ ਉਹਨਾਂ ਨੇ ਉਹ ਤਾਂ ਲੈ ਲਿਆ ਤੇ ਉਹ ਮੈਂ ਮੇਰਾ ਤਾਂ ਸੀਗਾ ਸਿੰਪਲ ਤੇ ਜਿਹੜੇ ਸੈਂਪਲ ਉਹ ਸੀਗਾ ਜਿਹੜੇ ਪਹਿਲਾਂ ਨਸ਼ੇੜੀ ਸੀਗੇ ਤੇ ਉਹਨਾਂ ਨੇ ਚੱਕ ਕੇ ਇੱਕ ਸਾਰੀ ਪਾਪੂਲੇਸ਼ਨ ਤੇ ਲਾਤਾ ਜੀ ਤੇ ਉਸ ਦੇ ਨਾਲ ਇਹ ਲੱਗਣ ਲੱਗ ਗਿਆ ਵੀ ਜਿਵੇਂ ਪੰਜਾਬ ਦੇ 75% ਜਿਹੜੇ ਆ ਨੌਜਵਾਨ ਨੇ ਉਹ ਨਸ਼ੇੜੀ ਆ ਆ ਇੱਥੇ ਮਿਸ ਅੰਡਰਸਟੈਂਡਿੰਗ ਹੋਈ ਹੈ ਤੇ ਇਹ ਬਹੁਤੀ ਬਾਅਦ ਚ ਕਿਸੇ ਨੇ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਰ ਜਦੋਂ ਫਿਰ ਇਹਨੂੰ 2014 ਦੀਆਂ ਇਲੈਕਸ਼ਨਾਂ ਚ ਵੀ ਵਰਤਿਆ ਗਿਆ ਤੇ 2017 ਦੀ ਵੀ ਇਲੈਕਸ਼ਨਾਂ ਚ ਬੋਤਿਆ ਗਿਆ ਸੁਖਵੀਰ ਬਾਦਲ ਨੇ ਉਦੋਂ ਥੋੜੀ ਜਿਹੀ ਕਲੈਰੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਬਹੁਤਾ ਉਹ ਐਨਾ ਮੀਡੀਆ ਜਿਹੜਾ ਆਪਣਾ ਪ੍ਰਿੰਟ ਮੀਡੀਆ ਸੀ ਤੇ ਜਿਹੜਾ ਡਿਜੀਟਲ ਮੀਡੀਆ ਸੀ ਤੇ ਜਿਹੜਾ ਬਾਲੀਵੁੱਡ ਨੇ ਉੜਤੇ ਪੰਜਾਬ ਨੇ ਇਹਨੂੰ ਸਾਰੇ ਦੁਨੀਆ ਚ ਮਸ਼ਹੂਰ ਕਰਤਾ ਤੇ ਕਿਸੇ ਨੇ ਕੋਈ ਬਹੁਤੀ ਕਰੈਕਸ਼ਨ ਕਰਨ ਦੀ ਲੋੜ ਨਹੀਂ ਸਮਝੀ ਹਾਲਾਂਕਿ ਮੈਂ ਸਮਝਦਾ ਇਹ ਸਾਡੇ ਸਰਕਾਰਾਂ ਦੀ ਵੀ ਤੇ ਸਾਡੀ ਜਿਹੜੀ ਇੱਕ ਪੰਜਾਬੀ ਸੁਸਾਇਟੀ ਆ ਉਹ ਉਹਨਾਂ ਦੀ ਇਨਸੈਂਸਿਟੀ ਹੈ ਜੀ ਵੀ ਉਹ ਐਡੀ ਵੱਡੀ ਜੇ ਕੋਈ ਗੱਲ ਕਹਿ ਰਿਹਾ ਤੇ ਤੁਸੀਂ ਉਹ ਤੋਂ ਆ ਕੇ ਗੱਲ ਪੁੱਛਦੇ ਵੀ ਨਹੀਂ ਵੀ ਗੱਲ ਹੈ ਕੀ ਹੈ ਤਾਂ ਹਾਲਾਂਕਿ ਮੈਂ ਆਈ ਅਪਰੀਸ਼ੀਏਟ ਕਿ ਵੀ ਮੇਰੇ ਕੋਲ ਇੱਕ ਯੂਐਸਏ ਤੋਂ ਅਮ ਆਪਣੇ ਭਾਈ ਸਾਹਿਬ ਆਏ ਉਹ ਕਿਸੇ ਸਿੱਖ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਸੀ ਉੱਥੇ ਤੇ ਉਹ ਮੈਂ ਯੂਨੀਵਰਸਿਟੀ ਸੀ ਉੱਥੇ ਤੇ ਉਹਨਾਂ ਨੇ ਆ ਕੇ ਆ ਸਾਡੇ ਮੈਡੀਕਲ ਅਫਸਰ ਸੀ ਉਹਨਾਂ ਨਾਲ ਐਸੋਸੀਏਟਿਡ ਸੀ ਉਹਨਾਂ ਨੂੰ ਲੈ ਕੇ ਮੇਰੇ ਕੋਲ ਆਏ ਤੇ ਉਹ ਮੈਨੂੰ ਕਹਿੰਦੇ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਤੁਸੀਂ ਕਹਿੰਦੇ ਹੋ 75% ਜਿਹੜੇ ਲੋਕ ਕਹਿ ਰਹੇ ਨੇ ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਇਹ ਠੀਕ ਹੈ ਕਿ ਗਲਤ ਹੈ ਤੇ ਮੈਂ ਕਿਹਾ ਜੀ ਇਹ ਬਿਲਕੁਲ ਗਲਤ ਹੈ ਅਸਲ ਚ ਗੱਲ ਇਹ ਹੈ ਵੀ ਇਹ ਮੇਰਾ ਜਿਹੜਾ ਸੈਂਪਲ ਸੀ ਡਰਗ ਅਡਿਕਟਸ ਦਾ ਸੀਗਾ ਤੇ ਡਰਗ ਇਹਨਾਂ ਨੇ ਜਨਰਲ ਪਾਪੂਲੇਸ਼ਨ ਤੇ ਕਹਿੰਦਾ ਕਹਿੰਦਾ ਸ਼ੁਕਰ ਹੈ ਵੈ ਗਰੁੱਪ ਸੋ ਇਹ ਸਾਰਾ ਇੰਨਾ ਪਪੂਲਰਾਈਜ਼ ਹੋ ਗਿਆ ਮੈਂ ਵੀ ਹੁਣ ਅੱਛਾ ਮੇਰੇ ਤੋਂ ਕਈ ਜਿਹੜੇ ਇੰਟਰਨੈਸ਼ਨਲ ਅਖਬਾਰਾਂ ਨੇ ਇੰਟਰਨੈਸ਼ਨਲ ਟੀਵੀ ਨੇ ਉਹਨਾਂ ਦੇ ਨਾਲ ਸਾਰੇ ਮੇਰੇ ਕੋਲ ਆਏ ਤੇ ਉਹ ਸਾਰਿਆਂ ਨੇ ਸਾਰੇ ਮੇਰੇ ਤੋਂ ਕਲੈਰੀਫਿਕੇਸ਼ਨ ਲੈ ਕੇ ਗਏ ਨਿਊਯਾਰਕ ਟਾਈਮ ਨੇ ਆਪਣੀ ਕਲੈਰੀਫਿਕੇਸ਼ਨ ਦਿੱਤੀ ਵਾਸ਼ਿੰਗਟਨ ਡੀਸੀ ਨੇ ਵਾਸ਼ਿੰਗਟਨ ਪੋਸਟ ਨੇ ਹਾਂ ਵਾਸ਼ਿੰਗਟਨ ਪੋਸਟ ਨੇ ਵੀ ਕੀਤੀ ਤੇ ਹੋਰ ਬਹੁਤ ਬੀਬੀਸੀ ਵਾਲਿਆਂ ਨੇ ਤੇ ਆਪਣਾ ਸਵੀਡਨ ਤੋਂ ਜਰਮਨੀ ਤੋਂ ਸਾਰੇ ਲੋਕਾਂ ਨੇ ਆਗੇ ਤੇ ਪਰਸਨਲੀ ਕੰਟੈਕਟ ਕੀਤੇ ਤੇ ਆਪਣੇ ਮੈਂ ਹੁਣ ਇਹ ਸ਼ੋਰ ਕਰਦਾ ਵੀ ਇੱਕ ਦੋਆਂ ਨੂੰ ਛੱਡ ਕੇ ਬਹੁਤੇ ਨੇ ਕਿਤਾਬ ਨਹੀਂ ਪੜ੍ਹੀ ਕਿਤੇ ਲਿਖਿਆ ਦੇਖ ਲਿਆ ਤੇ ਉਸੇ ਨੂੰ ਚਲਾਤਾ ਇਹ ਇਸ ਕਰਕੇ ਇੱਕ ਇਹੋ ਜਿਹਾ ਮਿਥ ਕ੍ਰੀਏਟ ਕਰਤਾ ਕਿ ਜਿਵੇਂ ਪੰਜਾਬ ਦਾ ਸਾਰੇ ਨਸ਼ਈ 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 ਦਾ ਸਾਹਿਬ ਬਿਲਕੁਲ ਡਾਕਟਰ ਸਾਹਿਬ ਜੀ ਉਹ ਸਟਡੀ ਸੀ ਜੋ ਲੋਕ ਨਸ਼ਈ ਸੀ ਨਸ਼ਈ ਦੇ ਤੌਰ ਤੇ ਸਟਡੀ ਸੀ ਉਹ ਜਿਨ੍ਹਾਂ ਚੋਂ 7 ਸੱਤ ਤੋਂ ਲੈ ਕੇ 75% ਤੱਕ ਉਹ ਡਾਟਾ ਸੀ ਜੋ ਅੰਕੜਾ ਸੀ ਉਹ ਪੇਸ਼ ਕੀਤਾ ਗਿਆ ਸੀ ਪਰ ਇਸ ਤੋਂ ਬਾਅਦ ਤੁਸੀਂ ਜਾ ਕੇ ਲਾ ਲੋ ਕਿ ਜਾਤਾ ਅਣਜਾਣੇ ਦੇ ਵਿੱਚ ਜਾਂ ਜਾਣ ਬੁੱਝ ਕੇ ਜਾਂ ਫਿਰ ਪੋਲਿਟੀਕਲ ਕਲਾਸ ਵੱਲੋਂ ਆਪਣੀਆਂ ਕੁੜਕੀਆਂ ਕਰਕੇ ਇਹ ਗੱਲ ਬਾਹਰ ਆਈ 70 ਤੋਂ ਲੈ ਕੇ 75% ਤੱਕ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਜਦਕਿ ਇਹ ਸਟਡੀ ਐਦਾ ਨਹੀਂ ਸੀ ਇਹ ਸਟਡੀ ਐਦਾ ਸੀ ਕਿ ਜੋ ਲੋਕ ਨਸ਼ਾ ਕਰਦੇ ਨੇ ਜੋ ਲੋਕ ਨਸ਼ਈ ਨਹੀਂ ਉਹਨਾਂ ਦੀ ਵੰਡ ਕੀਤੀ ਗਈ ਸੀ ਉਹਨਾਂ ਦੇ ਵੰਡ ਦੇ ਵਿੱਚੋਂ 70 ਤੋਂ ਲੈ ਕੇ 75% ਤੱਕ ਲੋਕ ਉਹ ਨਸ਼ਈ ਲੋਕ ਸੀ ਪਰ ਇਸ ਸਟਡੀ ਨੂੰ ਦੁਬਾਰੇ ਪਾਸੇ ਦੁਹਰਾਇਆ ਗਿਆ ਕਿ ਕਾਰਪੋਰੇਸ਼ਨ ਦੇ ਹਿਸਾਬ ਦੇ ਨਾਲ ਜੋੜ ਕੇ ਦੇਖਿਆ ਗਿਆ ਕਿ ਪੰਜਾਬ ਦੇ ਤਾਂ 75% ਲੋਕ ਨਸ਼ਈ ਨੇ ਡਾਕਟਰ ਸਾਹਿਬ ਐਦਾਂ ਹੀ ਸੀ ਗੱਲ ਇਹ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਇਸ ਤੋਂ ਬਾਅਦ ਫਿਰ ਕੋਈ ਮਤਲਬ ਕਿ ਪੋਲੀਟੀਕਲ ਜਮਾਤਾਂ ਵੱਲੋਂ ਜੋ ਨੁਮਾਇੰਦਗੀ ਕਰਦੇ ਨੇ ਸਾਡੀ ਪੰਜਾਬ ਦੀ ਉਹਨਾਂ ਵੱਲੋਂ ਫਿਰ ਕਿਸੇ ਤਰੀਕੇ ਤੁਹਾਡੇ ਨਾਲ ਗੱਲਬਾਤ ਕਰਕੇ ਸੀ ਇਹ ਗੱਲ ਫਿਰ ਕਲੈਰੀਫਾਈ ਨਹੀਂ ਕੀਤੀ ਗਈ ਗੱਲ ਕਲੈਰੀਫਾਈ ਮੈਨੂੰ ਸਿਰਫ ਇੱਕ ਬਾਦਲ ਸਾਹਿਬ ਦੇ ਆਫਿਸ ਤੋਂ ਫੋਨ ਆਇਆ ਸੀ 13 ਨਵੰਬਰ 13 ਅਕਤੂਬਰ ਨੂੰ ਜਦੋਂ ਰਾਹੁਲ ਗਾਂਧੀ ਨੇ ਕਿਹਾ ਸੀਗਾ ਉਹਨਾਂ ਦੇ ਸੈਕਟਰੀ ਸਾਹਿਬ ਬੋਲ ਰਹੇ ਸੀ ਤੇ ਉਹ ਕਹਿੰਦੇ ਜੀ ਤੁਸੀਂ ਇਹ ਸਟੇਟਮੈਂਟ ਨੂੰ ਚੇਂਜ ਨਹੀਂ ਕਰ ਸਕਦੇ ਤੇ ਮੈਂ ਕਹਾ ਜੀ ਮੈਂ ਚੇਂਜ ਮੈਂ ਤਾਂ ਕੋਈ ਗਲਤ ਕਿਹਾ ਨਹੀਂ ਗੱਲ ਇਹ ਹੈ ਵੀ ਸਟੇਟਮੈਂਟ ਤੁਹਾਨੂੰ ਨਹੀਂ ਸਮਝ ਆਈ ਹਾਂ ਤੁਹਾਡੇ ਤਾਂ ਅੰਕੜੇ ਸੀ ਉਹ ਹਾਂਜੀ ਹਾਂ ਨਹੀਂ ਨਹੀਂ ਉਹ ਸਟੇਟਮੈਂਟ 73.5% ਜਿਹੜੇ ਨੇ ਯੂਥ ਹੈ ਜਿਹੜੀ ਆਪਣਾ ਉਹ ਸੈਂਪਲ ਦੀ ਨਾ ਕਿ ਜਨਰਲ ਪੱਪ ਦੇ ਸੰਦੀ ਚਲੋ ਤਾਂ ਉਹ ਸੈਂਪਲ ਦੀ ਸੀ ਉਹ ਹਾਂ ਸੈਂਪਲ ਦੀ ਸੀ ਉਹ ਇਹਨਾਂ ਨੂੰ ਸਮਝਣ ਚ ਪ੍ਰੋਬਲਮ ਆਈ ਹੈ ਕਿਉਂਕਿ ਪੜਨ ਦਾ ਤਾਂ ਕੋਈ ਹੈ ਨਹੀਂ ਉਹ ਜਿਵੇਂ ਕਿਤੇ ਹੋਇਆ ਸੋਨਾਂ ਨੇ ਕਹਿੰਦਾ ਠੀਕ ਅੱਛਾ ਇਹਨਾਂ ਨੂੰ ਇਹ ਹੈ ਨਾ ਜਿਹੜਾ ਅੰਕੜਾ ਜਿੱਥੇ ਸੂਟ ਕਰਦਾ ਹੋਵੇ ਉੱਥੇ ਫਿੱਟ ਕਰਦੇ ਹਾਂ ਉੱਥੇ ਫਿੱਟ ਕਰਦੇ ਨੇ ਕਿਉਂਕਿ ਇਹ ਇਹਨਾਂ ਨੇ ਉਦੋਂ ਅੰਕੜਾ ਇਹ ਦਿੱਤਾ ਸੀਗਾ ਜਦੋਂ ਇਹਨਾਂ 2009 ਚ ਆਪਣਾ ਇੱਕ ਡੀ ਐਡਿਕਸ਼ਨ ਸੈਂਟਰ ਨਾਲ ਬਾਰੇ ਇੱਕ ਹਾਈ ਹਾਈ ਕੋਰਟ ਚ ਰਿਟ ਹੋਈ ਹੋਈ ਸੀ ਉਹਦੇ ਚ ਪੰਜਾਬ ਸਟੇਟ ਦੇ ਸੈਕਟਰੀ ਸੋਸ਼ਲ ਵੈਲਫੇਅਰ ਨੇ ਇਹ ਐਫੀਡੇਵਿਟ ਦਿੱਤਾ ਸੀ ਜਿਹਦੇ ਚ ਕਿ ਮੇਰੀ ਸਟੱਡੀ ਨੂੰ ਮਿਸਕੋਟ ਕੀਤਾ ਸੀ ਹਾਂਜੀ ਬਾਅਦ ਚ ਇਹ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਨੂੰ ਸਮਝ ਆਈ ਹੈ ਤਾਂ ਫੇਰ ਇਹ ਮੇਰੀ ਕਿਤਾਬ ਆਊਟ ਆਫ ਪ੍ਰਿੰਟ ਵੀ ਹੋ ਚੁੱਕੀ ਸੀ ਜਨ ਨੂੰ ਤੇ ਉਦੋਂ ਬਾਅਦ ਇਹਨੇ ਸਾਡੀ ਯੂਨੀਵਰਸਿਟੀ ਤੋਂ ਦੁਬਾਰਾ ਪਬਲਿਸ਼ ਕਰਵਾਈ 2014 ਚ ਫੇਰ ਸੁਖਵੀਰ ਬਾਦਲ ਨੇ ਕੋਸ਼ਿਸ਼ ਕੀਤੀ ਸਾਡੀ ਯੂਨੀਵਰਸਿਟੀ ਚ ਵੀ ਆਏ ਸੀ ਕਿ ਦੂਜੀਆਂ ਯੂਨੀਵਰਸਿਟੀਆਂ ਚ ਵੀ ਗਏ ਤੇ ਉਹਨਾਂ ਨੇ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਅਸਲ ਚ ਗੱਲ ਇਹ ਹੈ ਵੀ ਇਹ 73% ਨਹੀਂ ਹੈਗੇ ਪਰ ਉਦੋਂ ਨੂੰ ਰੌਲਾ ਇੰਨਾ ਪੈ ਚੁੱਕਿਆ ਸੀ ਕਿਸੇ ਨੇ ਸੁਣਿਆ ਨਹੀਂ ਸੁਣਿਆ ਨਹੀਂ ਹਾਂ ਜੀ ਮੈਂ ਇੱਕ ਵਾਰੀ ਹੁਣ ਅੱਜਕੱਲ ਇੱਕ ਐਮਐਲਏ ਆ ਉੱਥੇ ਅੰਮ੍ਰਿਤਸਰ ਮੈਂ ਸੈਰ ਹੀ ਕਰ ਰਿਹਾ ਸੀ ਆਪਣੀ ਯੂਨੀਵਰਸਿਟੀ 'ਚ ਤੇ ਉਹ ਮਿਲਿਆ ਕਿਹਾ ਡਾਕਟਰ ਸਾਹਿਬ ਠਹਿਰਿਓ ਠਹਿਰਿਓ ਤੇ ਮੈਂ ਕਿ ਹਾਂ ਜੀ ਕਹਿੰਦਾ ਜੀ ਮੈਂ ਕੱਲ ਲੈਕਚਰ ਦਿੱਤਾ ਵਾ ਉੱਥੇ ਪਿੰਡ ਚ ਤੇ ਮੈਂ ਮੈਂ ਕਿ ਕੀ ਕਿਹਾ ਕਹਿੰਦੇ ਆਹ ਕਿਹਾ ਤੇ ਮੈਂ ਕਿਹਾ ਅੱਛਾ ਮੈਂ ਕਿਹਾ ਤਾਂ ਗਲਤ ਗਲਤ ਕਹਿਤੀ ਤੁਸੀਂ ਹੈ ਉਹ ਕਹਿੰਦਾ ਨਹੀਂ ਜੀ ਗਲਤ ਹੋਏ ਠੀਕ ਹੋਏ ਪਰ ਤਾੜੀਆਂ ਬੜੀਆਂ ਵੱਜੀਆਂ ਅੱਛਾ ਹੈ ਜੀ ਸੋ ਹਰੇਕ ਬੰਦਾ ਆਪਣਾ ਨਾ ਜਿਹੜਾ ਪੋਲੀਟੀਸ਼ੀਅਨ ਉਹ ਸਵਾਗ ਲੈਂਦਾ ਵੀ ਆਪਾਂ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਨਿੱਜ ਭਾਲਦੇ ਉਹਦਾ ਹਾਂ ਵੀ ਜਿਹੜੀ ਐਗਜ਼ਿਸਟਿੰਗ ਜਿਹੜੀ ਸਟੇ ਉਹ ਰਾਜ ਹੈ ਰਾਜ ਸਰਕਾਰ ਹੈ ਉਹਨੂੰ ਕਿਵੇਂ ਨਾ ਕਿਵੇਂ ਭੰਡਿਆ ਜਾਵੇ ਹਾਂ ਸੋ ਸੋ ਇਹ ਕੋਈ ਬਹੁਤੀ ਰਿਐਲਿਟੀ ਨਹੀਂ ਸੀ ਕਿ 50% ਵਾਲੇ 75% ਵਾਲੇ ਵੈਸੇ ਤਾਂ ਫਿਰ ਇਹ ਪੰਜਾਬ ਦੇ ਲਈ ਜੋ ਤੁਹਾਡੀ ਸਟਡੀ ਹੈ ਸੁੱਖ ਦਾ ਸਾਹਣ ਵਾਲੀ ਸਟਡੀ ਹੈ ਜਿਸ ਦਾ ਉਭਾਰਿਆ ਜਾਂਦਾ ਪੰਜਾਬ ਨੂੰ ਇੰਦਾਂ ਦੀ ਕੋਈ ਗੱਲ ਨਹੀਂ ਹਾਂ ਨਹੀਂ ਨਹੀਂ ਇੰਦਾਂ ਦੀ ਕੋਈ ਗੱਲ ਨਹੀਂ 75% ਨਹੀਂ ਹੋ ਤਾਂ ਹੁਣ ਅੰਕੜੇ ਆਏ ਹੋਏ ਨੇ ਸਾਰੇ ਵੀ ਜਿਹੜੇ ਨਸ਼ੇੜੀ ਨੇ ਉਹ ਸਾਰੇ 6% ਨੇ ਸਾਰੇ ਨਸ਼ਿਆਂ ਦੇ ਐਨੇ ਤਾਂ ਹੋ ਹੀ ਨਹੀਂ ਸਕਦੇ ਯਾਨੀ ਕਿ ਜੇ 75% ਹੋਣਾ ਤੁਹਾਨੂੰ ਇੱਥੇ ਸੜਕਾਂ ਤੇ ਬੰਦੇ ਡਿੱਗੇ ਫਿਰ ਮਿਲਿਆ ਕਰਨ ਮੈਂ ਯੂਨੀਵਰਸਿਟੀ ਸਾਰੀ ਉਮਰ ਨੌਕਰੀ ਕੀਤੀ ਹੈ ਉੱਥੇ ਮੈਂ ਤੱਕਦੇ ਕੋਈ ਵੀ ਬੰਦਾ ਟੱਕਰਿਆ ਨਹੀਂ ਸਾਡਾ ਸਟੂਡੈਂਟ ਨਹੀਂ ਕੋਈ ਆਪਣਾ ਨਸ਼ਾਈ ਨਸ਼ੇ ਚ ਕਿਤੇ ਡਿੱਗਿਆ ਦਿਖੇ ਜਾਂ ਹੋਰ ਯੂਨੀਵਰਸਿਟੀਆਂ ਚ ਡਿੱਗੇ ਦਿਖੇ ਜਿੱਦੋਂ ਡਾਕਟਰ ਸਰਕਾਰਾਂ ਨੂੰ ਜਾਂ ਪੋਲਿਟਿਸ਼ਨਾਂ ਨੂੰ ਸਮਝਾਉਣ ਤੋਂ ਬਾਅਦ ਫਿਰ ਇਹੀ ਗੱਲ ਕਹਿੰਦੇ ਨੇ ਉਹ ਸਮਝ ਵੀ ਜਾਂਦੇ ਨੇ ਤਾਂ ਫਿਰ ਜਾਣ ਕੇ ਫਿਰ ਦਾ ਮੋਟਿਵ ਕੀ ਹੁੰਦਾ ਫਿਰ ਤਾਂ ਮੋਟੇ ਝੂਠ ਬੋਲ ਕੇ ਉਹਨਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਵੀ ਜ਼ਿਆਦਾ ਬਦਨਾਮ ਕਰਨਾ ਪੰਜਾਬ ਨੂੰ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਹੋਰ ਉਹਦੀ ਸਿਆਸਤ ਚਮਕੋੜਾ ਹੋਵੇ ਸਮਝਾਉਣ ਤੋਂ ਬਾਅਦ ਵੀ ਓਹੋ ਬਦਨਾਮ ਕਰਨਾ ਉਹਨਾਂ ਨੇ ਦੂਜੀ ਪਾਰਟੀ ਨੂੰ ਕਰਨਾ ਹੁੰਦਾ ਵੀ ਇਹ ਭਾਈ ਦੇਖੋ ਇਹਨਾਂ ਦਾ ਰਾਜ ਸੀਗਾ ਹਾਂਜੀ ਤੇ ਇਹਨਾਂ ਦੇ ਰਾਤ ਚ ਇਹ ਦੇਖੋ ਜੀ ਇਹਨਾਂ ਨਸ਼ਾ ਵਿਕਦਾ ਹੈ ਜਿਵੇਂ ਤੁਸੀਂ ਜੀ ਹਾਂਜੀ ਹੁਣ ਹੁਣ ਜਿਹੜਾ ਮੈਂ ਫਿਰ ਦੂਜੀ ਦੂਜਾ ਗੱਲ ਇਹ ਵੀ ਕੀਤੀ ਹੈ ਕਿ ਵੀ ਆਹ ਜਿਹੜਾ ਨਸ਼ਾ ਆਪਣੇ ਜਿਹੜੀ ਜਿਹੜੀ ਨਸ਼ੇ ਨੂੰ ਨਾ ਸਮਝਦੀ ਗੱਲ ਪ੍ਰੋਬਲਮ ਕੀਤੀ ਹੈ ਘੱਟ ਸਮਝਦੀ ਮੈਂ ਜਿਹੜਾ ਕਿਹਾ ਆਪਣੇ ਆਰਟੀਕਲ ਚ ਉਹ ਇਹ ਕਿਹਾ ਵੀ ਜਿਹੜਾ ਨਸ਼ਾ ਖੋਰੀ ਹੈ ਇਹਨੂੰ ਪੰਜਾਬ ਸਰਕਾਰ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਸਮਝਣ ਦੀ ਕੋਸ਼ਿਸ਼ ਦਾ ਮਤਲਬ ਇਹ ਹੈ ਕਿ ਪੰਜਾਬ ਸਰਕਾਰ ਸਿਰਫ ਇਹ ਸਮਝਦੀ ਹੈ ਕਿ ਜਿਹੜਾ ਸਿੰਥੈਟਿਕ ਨਸ਼ਾ ਹੈ ਤੇ ਉਹੀ ਨਸ਼ਾ ਹੈ ਤੇ ਜਿਹੜਾ ਉਸ ਤੇ ਵੀ ਜਿਹੜਾ ਸਿੰਥੈਟਿਕ ਨਸ਼ੇ ਚ ਵੀ ਜਿਹੜਾ ਮੇਨ ਨਸ਼ਾ ਹੈ ਉਹ ਹੀਰੋਇਨ ਦਾ ਨਸ਼ਾ ਉਹ ਵੀ ਬਾਦਲ ਸਾਹਿਬ ਨੇ ਉੱਥੇ लवली ਯੂਨੀਵਰਸਿਟੀ ਦੀ ਕਨਵੋਕੇਸ਼ਨ ਸੀ ਤੇ ਉੱਥੇ ਆਪਣੇ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਸਾਹਿਬ ਵੀ ਆਏ ਹੋਏ ਸੀ ਕਰਜ਼ਈ ਹਮ ਕਰਜ਼ਈ ਕਰਜ਼ਈ ਆਏ ਹੋਏ ਸੀ ਉੱਥੇ ਮੈਂ ਸੁਣਿਆ ਕਹਿੰਦੇ ਕਰਜ਼ਈ ਸਾਹਿਬ ਸਾਡੇ ਵੱਲ ਹੀਰੋਇਨਾਂ ਭੇਜੋ ਅੱਛਾ ਉਹਨੇ ਸਟੇਜ ਤੇ ਕਿਹਾ ਸੀਗਾ ਬਾਦਲ ਸਾਹਿਬ ਨੇ ਉਦੋਂ ਹੀ ਵਾਸ ਸੀ ਐਮ ਤੇ ਉਹ ਕਹਿੰਦੇ ਵੀ ਸਾਡੇ ਵੱਲ ਹੀਰੋਇਨਾਂ ਭੇਜੋ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਮੇਰੀ ਸਟੱਡੀ ਦੇ ਮੁਤਾਬਕ ਤੇ ਹੋਰ ਵੀ ਇਹੀ ਚੀਜ਼ਾਂ ਸਟੱਡੀਆਂ ਨੇ ਹੀਰੋਇਨ ਹੀਰੋਇਨ ਲੈਣ ਵਾਲੇ ਸਿਰਫ ਬੰਦੇ ਉਹ 5% ਨੇ ਪੰਜਾਬ 'ਚ ਪੰਜਾਬ 'ਚ ਪੰਜਾਬ 'ਚ ਪੰਜਾਬ 'ਚ ਨਸ਼ਾ ਖਾਣ ਵਾਲੇ ਜਿਹੜੇ ਮੇਰੀ ਆਪਣੀ ਸਟੱਡੀ ਦੇ ਮੁਤਾਬਕ 5% ਨੇ ਸਮਝਦੇ ਨਹੀਂ ਤੇ ਤੇ ਉਹਨਾਂ ਤੇ ਅਸੀਂ ਤੇ ਜਿਹੜੇ ਸਿੰਥੈਟਿਕ ਨਸ਼ਾ ਲੈਂਦੇ ਨੇ ਜਿਵੇਂ ਕਿ ਕੈਪਸੂਲ ਨੇ ਗੋਲੀਆਂ ਨੇ ਤੇ ਹੋਰ ਦੂਜੀਆਂ ਤੀਜੀਆਂ ਚੀਜ਼ਾਂ ਨੇ ਜਿਹੜੀ ਫਾਰਮੈਸੂਟੀਕਲ ਉਹਨੂੰ ਆਪਾਂ ਮੈਡੀਕਲ ਨਸ਼ਕ ਕਹਿੰਨੇ ਹੁੰਦੇ ਡਿਟੇਲ ਚ ਨਹੀਂ ਮੈਂ ਜਾਂਦਾ ਬਹੁਤਾ ਉਹ ਉਹ ਜਿਹੜੇ ਸਾਡੇ ਸਾਰੇ ਨਸ਼ੇ ਨੇ ਉਹ 18% ਬੰਦੇ ਲੈਂਦੇ ਨੇ ਸਣੇ ਇਨਕਲੂਡਿੰਗ ਤੁਹਾਡਾ ਇਹ ਅਫੀਮ ਓਕੇ ਟੋਟਲੀ ਕਹਿ ਸਕਦੇ ਹਾਂ 18% ਹਾਂ 18% ਨੇ ਜਦੋਂ ਇਸ ਨੂੰ ਅਸੀਂ ਨਸ਼ਾਖੋਰੀ ਦੀ ਸਮੱਸਿਆ ਨੂੰ ਕੰਪਰੀਹੈਂਸਿਵਲੀ ਸਮਝ ਲਾਂਗੇ ਸਾਰੇ ਪੱਖਾਂ ਤੋਂ ਸਮਝਾਂਗੇ ਤੇ ਸਾਰੇ ਨਸ਼ਿਆਂ ਨੂੰ ਲੈ ਕੇ ਸਮਝਾਂਗੇ ਦਾ ਸਾਡੇ ਕੋਲ ਜਿਹੜੀ ਪਿਕਚਰ ਆਂਦੀ ਹੈ ਜਿਹੜੀ ਕਿ ਹੁਣ ਮੇਰੇ ਤਾਂ ਬੁੱਕ ਚ ਪਹਿਲਾਂ ਹੀ ਕਲੀਅਰ ਸੀਗੀ ਜਿਹੜੀ ਕਿ ਇਹਨਾਂ ਨੇ ਇਗਨੋਰ ਕੀਤੀ ਤੇ ਉਹ ਜਿਹੜੀ ਪਿਕਚਰ ਆਂਦੀ ਆ ਉਹ ਸਾਡਾ 2019 ਦਾ ਸਰਵੇ ਕੀਤਾ ਸੀਗਾ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਨੇ ਉਹਨਾਂ ਨੇ ਏਮਸ ਤੋਂ ਕਰਾਈ ਸੀ ਦਿੱਲੀ ਏਮਸ ਤੋਂ ਤੋਂ ਉਹਨਾਂ ਨੇ ਸਾਰੇ ਹਿੰਦੁਸਤਾਨ ਦਾ ਕੀਤਾ ਤੇ ਕੋਈ 4 ਲੱਖ 4 ਲੱਖ ਤੋਂ ਉੱਤੇ ਸੈਂਪਲ ਲਿਆ ਸੀ ਉਹ ਇੱਕ ਹਿਸਟੋਰੀਕਲ ਸਟੱਡੀ ਹੈ ਤੇ ਉਸ ਚ ਉਹਨਾਂ ਨੇ ਦੱਸਿਆ ਕਿ ਵੀ ਜਿਹੜੇ ਬਹੁਤੇ ਨਸ਼ਾ ਕਰਨ ਵਾਲੇ ਨੇ ਹਿੰਦੂਸਤਾਨ ਚ ਉਹ ਸ਼ਰਾਬ ਪੀਣ ਵਾਲੇ ਨੇ ਬਹੁਤੇ ਨਸ਼ੇੜੇ ਵੀ ਨਸ਼ੇੜੀ ਵੀ ਸ਼ਰਾਬ ਦੇ ਨਸ਼ੇ ਦੇ ਨੇ ਸ਼ਰਾਬ ਦੇ ਨੇ ਹਾਂ ਜਿਵੇਂ ਪੰਜਾਬ ਚ ਜੇ ਨਸ਼ੇੜੀਆਂ ਦੀ ਗਿਣਤੀ ਕੀਤੀ ਜਾਏ ਪੰਜਾਬ ਦੇ ਆਪਣਾ ਸ਼ਰਾਬੀਆਂ ਦੇ ਸ਼ਰਾਬ ਦੀ ਨਸ਼ੇੜੀ ਨੇ ਜਿਹੜੇ ਉਹ 14 ਲੱਖ ਦੀ ਗਿਣਤੀ ਆ ਉਹਨਾਂ ਦੀ 14,50,000 ਤੇ ਦੂਜੇ ਪਾਸੇ ਜਿਹੜਾ ਸਿੰਥੈਟਿਕ ਨਸ਼ਾ ਹੈ ਉਹਨਾਂ ਦੀ ਗਿਣਤੀ ਜਿਹੜੀ ਅ ਨਸ਼ੇੜੀਆਂ ਦੀ ਜਿਹਨਾਂ ਕੇ ਡਰਗ ਡਿਪੈਂਡੈਂਟਸ ਹੀ ਕਹਿੰਦੇ ਆ ਉਹ 332000 ਨੇ ਯਾਨੀ ਕਿ ਹਾਂ ਚਾਰ ਗੁਣਾ ਤੋਂ ਵੱਧ ਨੇ ਚਾਰ ਗੁਣਾ ਤੋਂ ਵੱਧ ਨੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਇਹਨਾਂ ਨੇ ਸਮੱਸਿਆ ਨੂੰ ਬਿਨਾਂ ਸਮਝ ਤੋਂ ਅਨਸੈਂਟਿਫਿਕ ਵੇ ਨਾਲ ਜਿਵੇਂ ਕਿਹਾ ਸੀ ਪਪੂਲਰ ਜਾਂ ਹੋਇਆ ਹੋਵੇ ਸੀ ਬਦਨਾਮ ਹੋਇਆ ਸੀ ਉਸ ਹਿਸਾਬ ਨਾਲ ਚਲਾਤਾ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀ ਸਾਡੀ ਪੰਜਾਬ ਸਰਕਾਰ ਹਾਂ ਡਾਕਟਰ ਸਾਹਿਬ ਮੇਰਾ ਆਗਲਾ ਸਵਾਲ ਆਹੀ ਸੀ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੇ ਕਿ ਨਸ਼ੇ ਨੂੰ ਲੈ ਕੇ ਅਸੀਂ ਬੜੇ ਫਿਕਰਮੰਦ ਹਾਂ ਤੁਸੀਂ ਪਲਵੰਡੀ ਸਭੂ ਪ੍ਰੈਸ ਕਾਨਫਰੰেন্স ਕਰਕੇ ਹੱਥ 'ਚ ਗੁਟਕਾ ਸਾਫ ਫੜ ਕੇ ਸੌਖਾ ਕਹਿੰਦੇ ਹੋ ਕਿ 4 ਹਫ਼ਤੇ ਯਾਨੀ ਕਮਿਊਨਿਟੀ ਨਸ਼ਾ ਕੱਪ ਤੋਂ ਖਤਮ ਕਰ ਦਾਂਗੇ ਉਹ ਤਾਂ ਫਿਰ ਗੱਲਾਂ ਹੀ ਹੁੰਦੀਆਂ ਤੇ ਸਰਕਾਰ ਫਿਰ ਕਹਿੰਦੀ ਕਿ ਸਾਡੇ ਆਪਾਂ ਜੋ ਸੋਰਸ ਹੈ ਇਨਕਮ ਦਾ ਉਹ ਤਾਂ ਸ਼ਰਾਬ ਹੈ ਸਾਨੂੰ ਜੋ ਪੈਸਾ ਆਉਂਦਾ ਰਹੇ ਵੀ ਇਹਨੂੰ ਆਉਂਦਾ ਉਹ ਤਾਂ ਸਾਨੂੰ ਸਰਾਵ ਤੋਂ ਆਉਂਦਾ ਤਾਂ ਸਰਕਾਰ ਆਪਣੇ ਕਾਰੋਬਾਰ ਨੂੰ ਤਾਂ ਨਸ਼ਾ ਨਹੀਂ ਮੰਨਦੀ ਹੈ ਫਿਰ ਇਹਦੇ ਬਾਰੇ ਤੁਸੀਂ ਕੀ ਕਹੋਗੇ ਉਹ ਦੇਖੋ ਜੀ ਸਰਕਾਰ ਦੀ ਨਾ ਸਮਝੀ ਹੈ ਤੇ ਜੇ ਤੁਸੀਂ ਇਹਦੀ ਜੇ ਅੱਗੇ ਸੋਸ਼ੀਓ ਇਕਨੋਮਿਕ ਬੈਨੀਫਿਟ ਦੇਖੋ ਨਾ ਇਹਦੇ ਨਾਲ ਪ੍ਰੋਬਲਮ ਕਿੰਨੀਆਂ ਕ੍ਰੀਏਟ ਹੋ ਰਹੀਆਂ ਨੇ ਹਾਂਜੀ ਤਾਂ ਉਹ ਆਪਣੇ ਲੈਵਲ ਤੇ ਹੈਗੀ ਆ ਤੇ ਸਰਕਾਰ ਦਾ ਜਿਹੜਾ ਨਸ਼ਾ ਨੂੰ ਸ਼ਰਾਬ ਨੂੰ ਨਾ ਮੰਨਣਾ ਹੈ ਨਾ ਜਿਹੜੀ ਸ਼ਰਾਬ ਤੋਂ ਜਿਹੜੀ ਇਨਕਮ ਹੈ ਇਹਨਾਂ ਨੂੰ ਐਕਸਾਈਜ਼ ਡਿਊਟੀ ਆ ਉਹ 7000 ਕਰੋੜ ਹੈ ਤੇ ਤੁਸੀਂ ਦੇਖ ਲਓ ਵੀ ਆਪਣੇ ਪੰਜਾਬ ਦੀ ਜੀਡੀਪੀ ਕਿੰਨੀ ਹੈ ਤੇ ਟੋਟਲ ਇਨਕਮ ਕਿੰਨੀ ਹੈ ਉਹਦਾ ਕਿੰਨਾ ਪਰਸੈਂਟ ਹੈ ਸਮਝੇ ਨਾ ਅਸਲੀ ਜਿਹੜਾ ਨਸ਼ਾ ਜਿਹੜਾ ਇਹ ਹੈਗਾ ਜਿਹੜੀ ਇਨਕਮ ਹੈ ਨਾ ਇਹ ਵੈਸੇ ਮੈਂ ਤੁਹਾਨੂੰ ਦੱਸਾਂ ਕਿ ਜਿਹੜੀ ਜਿਵੇਂ ਆਪਣਾ ਪੀਜੀਆਈ ਤੋਂ ਜਿਹੜੀ ਸਟੱਡੀ ਕਰਵਾਈ ਸੀ ਉਹਨਾਂ ਨੇ ਆ ਨਾ ਡਰਗ ਆਪਣਾ اوਪੀ ਆਰਟਸ ਦੀ اوਪੀ ਆਰ ਡਿਪੈਂਡੈਂਸ ਦੀ ਸਟੱਡੀ ਕਰਵਾਈ ਸੀ 2015 ਚ ਪੀਜੀਆਈ ਨੇ ਤਾਂ ਉਹਨਾਂ ਨੇ ਇਹ ਕੈਲਕੂਲੇਟ ਕਰਕੇ ਦੱਸਿਆ ਸੀਗਾ ਵੈਸੇ ਤਾਂ ਇਲੀਗਲ ਹੈ ਸਾਰਾ ਕੁਝ ਉਹਨਾਂ ਦਾ ਐਸਟੀਮੇਟ ਸੀ ਡਾਕਟਰਸ ਦਾ ਕਿ ਭਈ ਪੰਜਾਬ ਵਿੱਚ 20 20 ਕਰੋੜ ਰੁਪਏ ਦਾ ਜਿਹੜਾ ਨਸ਼ਾ ਹੈ ਸਿੰਥੈਟਿਕ ਨਸ਼ਾ ਹੈ ਉਹ ਡੇਲੀ ਖਾਇਆ ਜਾਂਦਾ ਜਾਂ ਲਿਆ ਜਾਂਦਾ 20 ਕਰੋੜ ਰੁਪਏ 20 ਕਰੋੜ ਰੁਪਏ ਦਾ ਤੇ ਉਹਦੇ ਵਿਜ਼ਾ ਵਿਜ਼ ਮੈਂ ਜਦੋਂ ਗੱਲ ਕਰਦਾ ਆਪਣੇ ਸ਼ਰਾਬ ਦੀ ਤਾਂ ਉਹ ਸ਼ਰਾਬ ਚ ਜਿਹੜੀ ਹੈ ਨਾ 19 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਉਸ ਦੀ ਐਕਸਾਈਜ਼ ਡਿਊਟੀ ਮਿਲਦੀ ਹੈ ਡੇਲੀ ਤੇ ਜੇ ਆਪਾਂ ਉਹਨੂੰ ਕੰਜ਼ਿਊਮਰ ਲੈਵਲ ਤੇ ਲਈਏ ਵੀ ਪੰਜਾਬ ਚ ਡੇਲੀ ਸ਼ਰਾਬ ਕਿੰਨੀ ਵਿਕਦੀ ਹੈ ਉਹ 152 ਕਰੋੜ ਰੁਪਏ ਦੀ ਡੇਲੀ ਵਿਕਦੀ ਹੈ 152 ਕਰੋੜ ਦੀ ਡੇਲੀ ਵਿਕਦੀ ਹੈ ਇਹ ਸਾਰੀ ਲੀਗਲ ਹੈ ਤੇ ਜਿਹੜੀ ਇਲੀਗਲ ਵਿਕਦੀ ਹੈ ਜਿਵੇਂ ਆਪਾਂ ਤੁਹਾਨੂੰ ਪਿਛਲੇ ਤੁਹਾਨੂੰ ਪਿਛਲੇ 5-7 ਮਹੀਨਿਆਂ ਤੋਂ ਤੁਸੀਂ ਸੁਣਿਆ ਹੀ ਹੈ ਬੜਿਆ ਵੀ ਕਿੰਨੀਆਂ ਸਾਡੀਆਂ ਇਲੀਗਲ ਫੈਕਟਰੀਆਂ ਫੜੀ ਗਈਆਂ ਨੇ ਹਾਂ ਚੋਰ ਮੋਰ ਗੁੜੀਆਂ ਨੇ ਬਾਕੀ ਫੇਰ ਇਹ ਸਭ ਨੂੰ ਪਤਾ ਹੈ ਕਿ ਜਦੋਂ ਲਾਕਡਾਊਨ ਲੱਗਿਆ ਸੀ ਠੇਕੇ ਸਾਰੇ ਬੰਦ ਸੀਗੇ ਤੇ ਘਰਾਂ ਚ ਲਿਵਲੀ ਸੀ ਉਹ ਸਾਰੀ ਇਲੀਗਲ ਸ਼ਰਾਬ ਹੀ ਸੀ ਉਹਨਾਂ ਨੇ ਆਪਣੇ ਬਤੇਦੇ ਪੈਸੇ ਕਮਾਏ ਨੇ ਸੋ ਕਈਆਂ ਦਾ ਐਸਟੀਮੇਟ ਇਹ ਹੈ ਕਿ ਵੀ ਜਿੰਨੀ ਸ਼ਰਾਬ ਠੇਕਿਆਂ ਤੇ ਵਿਕਤੀ ਹੈ ਉਨੀਓ ਸ਼ਰਾਬ ਇਲੀਗਲ ਵਿਕ ਜਾਂਦੀ ਹੈ ਲੇਕਿਨ ਵਿਕ ਜਾਂਦੀ ਹੈ ਸੋ ਸੋ ਇਹ ਇਹ ਉਹਦੇ ਤੇ ਰਾਜਨੀਤੀ ਆ ਵੀ ਜਿਹੜੀ ਸਰਕਾਰ ਨੂੰ ਚਲਾਉਣ ਵਾਲੇ ਨੇ ਜਿਹੜੀ ਸਰਕਾਰ ਨੂੰ ਹਮਾਇਤ ਕਰਨ ਵਾਲੇ ਨੇ ਉਹਨਾਂ ਦੇ ਹੀ ਬੰਦੇ ਨੇ ਜਿਹੜੇ ਕਿ ਇਲੀਗਲ ਕੰਮਕਾਰ ਕਰਦੇ ਨੇ ਸੋ ਉਹਨਾਂ ਵਾਸਤੇ ਉਹ ਕਹਿੰਦੇ ਵੀ ਇਹ ਤਾਂ ਸਾਡਾ ਆਮਦਨ ਦਾ ਉਹ ਉਹ ਸੋਰਸ ਹੈ ਤੇ ਇਸ ਨੂੰ ਅਸੀਂ ਨਸ਼ਾ ਹੀ ਨਹੀਂ ਮੰਨਦੇ ਇਹ ਇਹ ਇੱਕ ਬੜੀ ਨਾ ਨਾ ਸਮਝੀ ਦੀ ਗੱਲ ਹੈ ਇਹ ਉਵੇਂ ਹੀ ਆ ਜਿਵੇਂ ਬਿਲੀ ਦੇ ਇੱਕ ਜੇ ਕਬੂਤਰ ਖਾਂ ਵਿੱਚਲੇ ਨਾ ਤਾਂ ਕਹਿੰਦਾ ਵੀ ਬਿੱਲੀ ਨਹੀਂ ਮੈਨੂੰ ਦੇਖਦੀ ਤੇ ਗਿੱਲੀ ਹੈ ਹੀ ਨਹੀਂ ਬਿੱਲੀ ਹੈਗੀ ਆ ਉੱਥੇ ਬਿੱਲੀ ਜਦੋਂ ਨੇੜੇ ਆਊਗੀ ਉਹਨੇ ਖਾ ਜਾਣਾ ਤਾਂ ਇਸੇ ਤਰ੍ਹਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਵੀ ਇਹ ਜਿਹੜਾ ਪ੍ਰੋਬਲਮ ਹੈ ਇਹਨੂੰ ਸਾਰੇ ਪੱਖਾਂ ਤੋਂ ਸਮਝ ਕੇ ਉਹਦੇ ਵਾਸਤੇ ਅਸੀਂ ਇੱਕ ਰਣਨੀਤੀ ਬਣਾਈਏ ਜਿਹਦੇ ਨਾਲ ਕਿ ਸਾਡੀ ਜਿਹੜੀ ਨੌਜਵਾਨੀ ਆ ਉਹ ਨਬਰ ਬਾਅਦ ਡਾਕਟਰ ਸਾਹਿਬ ਜਿਵੇਂ ਗੱਲ ਚੱਲਦੀ ਹੈ ਪੰਜਾਬ ਦੇ ਵਿੱਚ ਹਾਲਾਂਕਿ ਵੱਡੇ ਬੁੱਧੀਜੀਵੀ ਵੀ ਸਵਾਲ ਚੁੱਕਦੇ ਨੇ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਜ਼ਰੂਰੀ ਹੈ ਹਾਂ ਤੁਹਾਡੇ ਕੀ ਵਿਚਾਰ ਨੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨੂੰ ਲੈ ਕੇ ਦੇਖੋ ਖੇਤੀ ਬਾਰੇ ਤਾਂ ਮੈਂ ਬਹੁਤਾ ਅੱਗੇ ਗੱਲ ਹੀ ਕਰਦਾ ਹਾਂ ਜੇ ਪਰ ਮੈਂ ਤੁਹਾਨੂੰ ਇਹ ਦੱਸਦਾ ਜਦੋਂ ਮੈਂ ਇਹ ਸਟੱਡੀ ਕਰ ਰਿਹਾ ਸੀਗਾ ਤਾਂ ਜਿਵੇਂ ਹੁਣ ਜਿਹੜਾ ਇਹ ਨਸ਼ੇ ਨੇ ਤਾਂ ਉਹਦੇ ਜਿਹੜੇ ਨਸ਼ੇ ਕੀ ਹੁੰਦੇ ਨੇ ਵੀ ਇੱਕ ਤਾਂ ਯੂਜ਼ਰ ਹੁੰਦੇ ਨੇ ਆਮ ਖਾਣ ਪੀਣ ਵਾਲੇ ਹੁੰਦੇ ਨੇ ਕਦੇ ਕਿਸੇ ਨੇ ਖਾ ਪੀ ਲਿਆ ਪਹਿਲਾਂ ਤਾਂ ਅਸੀਂ ਉਹ ਗਿਣਦੇ ਆਂ ਵੀ ਇਹਦੇ ਚੋਂ ਕਿੰਨੇ ਖਾਨ ਵਾਲੇ ਨੇ ਯੂਜ਼ਰ ਕਿੰਨੇ ਨੇ ਤੇ ਫਿਰ ਉਹਦੇ ਚ ਅੱਗੇ ਇੱਕ ਕੈਟੇਗਰੀ ਆ ਜਾਂਦੀ ਐ ਅਬਿਊਜ਼ਰ ਕਿੰਨੇ ਨੇ ਅਬਿਊਜ਼ਰ ਦਾ ਮਤਲਬ ਹੈ ਵੀ ਉਹ ਜਿਹਨਾਂ ਨੇ ਜਿਹੜਾ ਡਾਟਾ ਇਕੱਠਾ ਕੀਤਾ ਉਹਨਾਂ ਨੇ ਦੱਸਿਆ ਵੀ ਜਿਹੜਾ ਪਿਛਲੇ ਤਿੰਨਾਂ ਮਹੀਨਿਆਂ ਚ ਨਸ਼ੇ ਕਰਕੇ ਕਿਸੇ ਡਾਕਟਰ ਕੋਲ ਗਿਆ ਨਾ ਉਹਨੂੰ ਅਬਿਊਜ਼ਰ ਸਮਝ ਲੈਂਦੇ ਆ ਉਹ ਇੱਕ ਕਿਸਮ ਐ ਇਸ ਤੋਂ ਅੱਗੇ ਇੱਕ ਹੋਰ ਵਸਤ ਕਿਸਮ ਐ ਉਹਨੂੰ ਜਿਹਨੂੰ ਅਸੀਂ ਡਰੱਗ ਡਿਪੈਂਡੈਂਟ ਕਹਿੰਦੇ ਆ ਵੀ ਯਾਨੀ ਕਿ ਆਦੀ ਪੂਰਾ ਨਸ਼ੇੜੀ ਉਹ ਇਹ ਹੈ ਕਿ ਜਿਹੜਾ ਬੰਦਾ ਨਸ਼ੇ ਬਿਨਾਂ ਰਹਿ ਹੀ ਨਹੀਂ ਸਕਦਾ ਕਿਤੇ ਉਹਨੂੰ ਸਾਰੀਆਂ ਹੀ ਪ੍ਰੋਬਲਮ ਲੱਗੀਆਂ ਹੋਈਆਂ ਨੇ ਤਾਂ ਉਹਦੇ 'ਚ ਜਦੋਂ ਨਾ ਇਹ ਅੱਡ ਅੱਡ ਨਸ਼ਿਆਂ ਦਾ ਰੁਝਾਨ ਦੇਖਿਆ ਵੀ ਜੇ ਐਨੇ ਬੰਦੇ ਨਸ਼ਾ ਕਰਦੇ ਨੇ ਤਾਂ ਉਹਦੇ 'ਚ ਜੇ ਸ਼ਰਾਬ ਦਾ ਜੇ ਕਰਦੇ ਨੇ ਨਸ਼ਾ ਦਾ ਤਾਂ ਉਹਨਾਂ 'ਚੋਂ 28% ਬੰਦੇ ਸ਼ਰਾਬੀ ਬਣ ਜਾਂਦੇ ਨੇ 28% ਹਾਂ ਤੁਸੀਂ ਕਹਿ ਲਓ ਹੈਂ ਜੀ ਹਾਂ 1/4 ਜਾਂ ਇਹ ਵੇਰੀ ਕਰਦਾ ਸਟੇਟ ਟੂ ਸਟੇਟ ਪੰਜਾਬ ਚ ਥੋੜਾ ਜਿਆਦਾ ਹੈ ਤੇ ਜਦੋਂ ਆਪਾਂ ਅਫੀਮ ਦੀ ਗੱਲ ਕਰਦੇ ਆ ਨਾ ਤਾਂ ਉਹ ਜਿਹੜਾ 100 ਚੋਂ ਜੇ ਫੀਮ ਖਾਣ ਵਾਲੇ ਨੇ ਤਾਂ ਉਹ 6 ਬਣਦੇ ਨੇ ਅਫੀਮੀ ਹੂੰ ਪਾ ਇਹ ਮੈਂ ਸਮਝਦਾ ਵੀ ਉਸ ਹਿਸਾਬ ਨਾਲ ਨਾ ਜੇ ਬੰਦਾ ਉਸ ਕਿਉਂਕਿ ਇਹ ਇੱਕ ਆਰਗਾਨਿਕ ਨਸ਼ਾ ਹੈ ਡਾਕਟਰ ਵੀ ਕਹਿੰਦੇ ਨੇ ਵੀ ਇਹਦਾ ਕੋਈ ਬੋਡੀ ਤੇ ਜ਼ਿਆਦਾ ਭੈੜਾ ਅਸਰ ਨਹੀਂ ਪੈਂਦਾ ਤੇ ਬੰਦਾ ਆਪਣਾ ਕੰਮਕਾਰ ਕਰਦਾ ਰਹਿੰਦਾ ਕਈ ਵਾਰੀ ਤਾਂ ਬੰਦੇ ਨੂੰ ਜ਼ਿਆਦਾ ਕੰਮ ਕਰਾਉਣ ਵਾਸਤੇ ਉਹ ਕਰ ਦਿੰਦੇ ਨੇ ਬਾਕੀ ਜਿਹੜੇ ਦੂਸਰੇ ਨਸ਼ੇ ਨੇ ਉਹ ਇਹ ਜੇ ਨਸ਼ੇ ਨੇ ਵੀ ਜੋ ਨਸ਼ਾ ਕਰ ਲੈ ਦੂਜਾ ਕੰਮ ਹੀ ਨਹੀਂ ਕਰਦਾ ਉਹ ਆਪਣਾ ਕੰਮ ਨਹੀਂ ਕਰਦਾ ਹੈ ਇਸ ਕਰਕੇ ਬਾਕੀ ਜੇ ਖੇਤੀ ਦੀ ਗੱਲ ਹੈ ਮੈਂ ਕਹਿੰਦਾ ਵੀ ਸਾਨੂੰ ਵੈਲਕਮ ਕਰਨਾ ਚਾਹੀਦਾ ਤੇ ਜਿਵੇਂ ਹੁਣ ਜੇ ਰਾਜਸਥਾਨ ਚ ਅਫੀਮ ਦੀ ਖੇਤੀ ਹੋ ਸਕਦੀ ਹੈ ਸਾਡੇ ਕਿਉਂ ਨਹੀਂ ਹੋ ਸਕਦੀ ਡਾਕਟਰ ਸਾਹਿਬ ਮੇਰਾ ਅਗਲਾ ਸਵਾਲ ਸੀ ਕਿ ਜੇਕਰ ਮੰਨ ਲਓ ਵੀ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਖੇਤੀ ਸ਼ੁਰੂ ਹੋ ਜੇ ਤਾਂ ਫਿਰ ਪੰਜਾਬ ਦੀ ਆਮਦਨੀ ਕਿਵੇਂ ਵਧੂ ਪੰਜਾਬ ਦੀ ਆਮਦਨ ਵੀ ਵਧੂਗੀ ਤੇ ਆਹ ਜਿਹੜਾ ਆਪਣਾ ਹੁਣ ਕਿਉਂਕਿ ਹੁਣ ਤਾਂ ਪੰਜਾਬ ਦਾ ਟੋਟਲੀ ਅਫੀਮ ਬੈਨ ਨਹੀਂ ਹੈ ਤੇ ਉਹ ਲੋਕ ਲੋਕ ਹੋ ਨਹੀਂ ਹੋਣਗੇ ਜਿਹੜੇ ਖਾਣ ਵਾਲੇਨ ਖਾਈ ਪੀ ਜਾਣਗੇ ਤੇ ਉਹਨਾਂ ਜੋ ਜਿਹੜੇ ਨਾ ਇੱਕ ਜਿਹੜੀ ਅਪਰੋਚ ਚਾਹੀਦੀ ਹੈ ਨਾ ਜਿਹੜੇ ਨਸ਼ੇ ਨੂੰ ਰੋਕਣ ਦੀ ਉਹ ਇਸ ਤਰ੍ਹਾਂ ਚਾਹੀਦੀ ਹੈ ਵੀ ਤੁਸੀਂ ਫੋਰਸਿਬਲੀ ਕਿਸੇ ਨੂੰ ਰੋਕ ਨਹੀਂ ਸਕਦੇ ਤੁਸੀਂ ਬੰਦੇ ਨੂੰ ਅਵੇਅਰ ਕਰੋ ਕੌਨਸ਼ੀਅਸ ਕਰੋ ਉਹਨੂੰ ਸਿਖਿਆ ਹੀ ਜੀ ਦੋ ਭਾਈ ਨਸ਼ੇ ਦੇ ਆ ਨਸ਼ੇ ਦੇ ਆਹਾ ਆਹਾ ਮਾੜੇ ਅਸਰ ਨੇ ਇਹਦੇ ਕਰਕੇ ਆਹਾ ਅਸਰ ਹੁੰਦਾ ਸਮਝਣੇ ਤਾਂ ਉਸ ਕਰਕੇ ਰੁਕਣਗੇ ਜੇ ਤੁਸੀਂ ਕਹੋ ਵੀ ਜੇ ਸਪਲਾਈ ਉਹਦਾ ਵੀ ਫਰਕ ਪੈਂਦਾ ਹੈ ਕੁਝ ਹੱਦ ਤੱਕ ਪਰ ਪਰ ਜਿਹੜੇ ਨਸ਼ੇ ਨਸੇੜੀ ਹੋਏ ਹੋਏ ਨੇ ਉਹ ਆਪਣਾ ਉਹ ਕਿਤੋਂ ਨਾ ਕਿਤੋਂ ਪ੍ਰਾਪਤ ਕਰ ਲੈਂਦੇ ਨੇ ਉਹਦੇ ਨਾਲ ਜਿਹੜਾ ਇਲੀਗਲ ਜਿਹੜਾ ਉਹ ਵਪਾਰ ਹੈ ਉਹ ਚੱਲਦਾ ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਸਿੰਥੈਟਿਕ ਡਰੱਗਸ ਦਾ ਜਿਹੜਾ ਵਪਾਰ ਹੈ ਹੀਰੋਇਨ ਦਾ ਖਾਸ ਕਰਕੇ ਉਹ 500 ਬਿਲੀਅਨ ਦਾ ਵਪਾਰ ਹੈ ਇਹ 3rd ਲੈਵਲ ਤੇ ਦੁਨੀਆ ਲੈਵਲ ਤੇ ਵਪਾਰ ਹੈ ਪਹਿਲੇ ਲੈਵਲ ਤੇ ਆਰਮਮੈਂਟ ਹੈ ਨਾ ਦੂਜੇ ਲੈਵਲ ਤੇ ਫਾਰਮਾਸਿਊਟੀਕਲਸ ਹਨ ਤੀਜੇ ਲੈਵਲ ਤੇ ਹੀਰੋਇਨ ਦਾ ਹੁੰਦਾ ਹੀਰੋਇਨ ਦਾ ਵਪਾਰ ਐਂਡ ਥਿਸ ਇਜ਼ ਵੈਰੀ ਵੈਲ ਆਰਗੇਨਾਈਜ਼ਡ ਸੋ ਗੱਲ ਇਹ ਹੈ ਆ ਵੀ ਲੋਕਾਂ ਨੂੰ ਅਵੇਅਰ ਕਰਨ ਦੀ ਹੈ ਲੋਕਾਂ ਨੂੰ ਕੌਨਸ਼ੀਅਸ ਕਰਨ ਦੀ ਹੈ ਕਿਉਂਕਿ ਜਦੋਂ ਬੰਦੇ ਨਹੀਂ ਕੌਨਸ਼ੀਅਸ ਹੁੰਦੇ ਨਹੀਂ ਸਮਝ ਹੁੰਦੇ ਤਾਂ ਇਧਰ ਨੂੰ ਨਸ਼ਿਆਂ ਨੂੰ ਜਾਂਦੇ ਹੈ ਇਹ ਡਾਕਟਰ ਸਾਹਿਬ ਇੱਕ ਜਨ ਹੋਰ ਚੱਲਦੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਅਫੀਮ ਦੀ ਕਿਤੇ ਸ਼ੁਰੂ ਹੋ ਗਈ ਤਾਂ ਫਿਰ ਪੰਜਾਬ ਜਿਆਦਾ ਅਫੀਮ ਤੇ ਲੱਗੂਗਾ ਨਹੀਂ ਨਹੀਂ ਇਹ ਕੋਈ ਨਹੀਂ Rajasthan ਵਾਲਾ ਕਿੰਨੇ ਕੁ ਲੱਗੇ ਹੋਏ ਨੇ Rajasthan ਦਾ ਡਾਟਾ ਤੁਹਾਡੇ ਕੋਲ ਹੈਗਾ ਹੁਣ ਹਲਵਾਈ ਆਪਣਾ ਸਾਰੀਆਂ ਬਰਫੀਆਂ ਸਾਰਾ ਕੁਝ ਬਣਾਉਂਦਾ ਕਿੰਨੀਆਂ ਖਾ ਲੈਂਦਾ ਬਿਲਕੁਲ ਉਹ ਮਨਪ੍ਰਾਂ ਹੋ ਜਾਂਦਾ ਪੂਕੀ ਹੁਣ ਵੀ ਤਾਂ ਖਾਈ ਜਾਂਦੇ ਨੇ ਜਿਹੜੇ ਖਾਣ ਵਾਲੇ ਨੇ ਖਾਣ ਵਾਲੇ ਨੇ ਬਿਲਕੁਲ ਹੈ ਨਾ ਸਿੱਤਾ ਪੁਲਸ ਦੀ ਹੋਈ ਇਨਕਮ ਹੈ ਜਾਂ ਹੋਰ ਸਰਕਾਰਾਂ ਦੀ ਇਨਕਮ ਹੈ ਵੀ ਉਹ ਆਪਣਾ ਲਾ ਕੇ ਹੁਣ ਜੇ ਯਾਨਕਿ ਜਿਹਨੇ ਖਾਣਾ ਹੈ ਜਿਹਨੇ ਪੀਣਾ ਹੈ ਉਹ ਆਹ ਜਿਹਨੇ ਕਾਫੀ ਸਿਰਪਸ ਨੇ ਜਿਹੜੇ ਦੂਸਰੇ ਸਿਰਪਸ ਨੇ ਉਹਨਾਂ ਚੀਜ਼ਾਂ ਪਈਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਪੀ ਜਾਂਦੀਆਂ ਨੇ ਇਹ ਗੱਲ ਗੱਲ ਇਹ ਹੈ ਵੀ ਜਿਹੜੀ ਸਾਡੀ ਨਾ ਕਿਉਂਕਿ ਅਸੀਂ ਇਸ ਜਿਹੜੀ ਸਮੱਸਿਆ ਨੂੰ ਨਾ ਇੱਕ ਸਮਾਜਿਕ ਸਮੱਸਿਆ ਨਹੀਂ ਸਮਝਦੇ ਸਮਾਜਿਕ ਸਮੱਸਿਆ ਦਾ ਮਤਲਬ ਇਹ ਹੈ ਵੀ ਇਹ ਸਮਾਜਿਕ ਸਮੱਸਿਆ ਉਹ ਸਮੱਸਿਆ ਹੁੰਦੀ ਹੈ ਜਿਹੜੀ ਸਮਾਜ ਚ ਜਿਹੜੀਆਂ ਹੌਨਤਾਈਆਂ ਨੇ ਉਹਨਾਂ ਕਰਕੇ ਪੈਦਾ ਹੁੰਦੀ ਹੈ ਜਿਵੇਂ ਇਹ ਜਿਹੜੀ ਡਰਗ ਐਡਿਕਸ਼ਨ ਦੀ ਜਿਹੜੀ ਸਮੱਸਿਆ ਹੈ ਨਾ ਇਹ ਇਸ ਕਰਕੇ ਮੈਂ ਇਹਨੂੰ ਸਮੱਸਿਆ ਵੀ ਨਹੀਂ ਗਿਣਦਾ ਮੈਂ ਇਸ ਤਰ੍ਹਾਂ ਨਹੀਂ ਸਮੱਸਿਆ ਗਿਣਦਾ ਜਿਵੇਂ ਤੁਹਾਨੂੰ ਕੋਈ ਜੇ ਬੁਖਾਰ ਹੋਇਆ ਹੋਵੇ ਨਾ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਤਾਂ ਉਹ ਡਾਕਟਰ ਕਹਿੰਦਾ ਵੀ ਅੱਛਾ ਚੈੱਕ ਕਰਦਾ ਤੇ ਇੰਨਾ ਟੈਂਪਰੇਚਰ ਹੈ ਫਿਰ ਉਹ ਚੈੱਕ ਕਰਦਾ ਤੁਹਾਡੇ ਟੈਸਟ ਕਰਾਂਦਾ ਉਹ ਫਿਰ ਕਹਿੰਦਾ ਵੀ ਫਲਾਣੀ ਥਾਂ ਤੇਰੇ ਇਨਫੈਕਸ਼ਨ ਹੈ ਉਹ ਇਨਫੈਕਸ਼ਨ ਦੂਰ ਕਰਨ ਦੀ ਦਵਾਈ ਦਿੰਦਾ ਤੇ ਤੁਹਾਡਾ ਬੁਖਾਰ ਆਪੇ ਉਤਰ ਜਾਂਦਾ ਬੁਖਾਰ ਆਪਣੇ ਆਪ 'ਚ ਕੋਈ ਸਮੱਸਿਆ ਨਹੀਂ ਹੈ ਇਹ ਇੱਕ ਇੱਕ ਕੁਝ ਸਮੱਸਿਆ ਦਾ ਪ੍ਰਗਟਾ ਹੈ ਤੇ ਇਸੇ ਤਰ੍ਹਾਂ ਜਿਹੜੀ ਜਿਹੜੀ ਡਰੱਗ ਐਡਿਕਸ਼ਨ ਹੈ ਨਾ ਜਿਹੜੀ ਆ ਨਸ਼ਾਖੋਰੀ ਹੈ ਉਹ ਜਿਹੜੀ ਸਾਡੇ ਸਮਾਜ 'ਚ ਕੁਝ ਜਿਹੜੀਆਂ ਸਮੱਸਿਆਵਾਂ ਨੇ ਸਮੱਸਿਆਵਾਂ ਨੂੰ ਤੁਸੀਂ ਕਹੋਗੇ ਕਿਹੜੀਆਂ-ਕਿਹੜੀਆਂ ਨੇ ਇੱਕ ਤਾਂ ਗਰੀਬੀ ਹੈ ਇੱਕ ਬੇਰੋਜ਼ਗਾਰੀ ਹੈ ਇੱਕ ਲੈਕ ਆਫ ਅਵੇਅਰਨੈਸ ਹੈ ਇੱਕ ਈਜ਼ੀ ਅਵੇਲੇਬਿਲਿਟੀ ਹੈ ਇੱਕ ਲੋ ਕੁਆਲਿਟੀ ਆਫ ਐਜੂਕੇਸ਼ਨ ਹੈ ਤੇ ਇਹ ਸਾਡੀ ਕੁਆਲਿਟੀ ਐਜੂਕੇਸ਼ਨ ਇਹੀ ਜੀ ਹੈ ਸਾਡੀ ਸਮਾਜ ਨੌਕਰੀਆਂ ਨਹੀਂ ਦੇ ਸਕਦਾ ਤੇ ਮੇਰੀ ਆਪਣੀ ਸਟੱਡੀ ਚ ਦੇਖਣ ਆਇਆ ਵੀ ਸਭ ਤੋਂ ਘੱਟ ਜਿਹੜੇ ਸਾਡੇ ਮੇਰੇ ਸੈਂਪਲ ਚ ਆਏ ਸੀ ਨਾ ਨਸ਼ੇੜੀ ਉਹ ਗਵਰਨਮੈਂਟ ਸਰਵਿਸ ਵਾਲੇ ਆਏ ਸੀ ਸਿਰਫ 2.8% ਬੰਦੇ ਆਏ ਸੀ ਨਸ਼ੇੜੀ ਜਿਹੜੇ ਕਿ ਗਵਰਨਮੈਂਟ ਸਰਵਿਸ ਚ ਸੀਗਾ ਬਾਕੀ ਸਾਰੇ ਦੂਜੇ ਸੀਗੇ ਹੈ ਜੀ ਉਹਦੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਬੰਦਾ ਇੱਕ ਸਕਸੈਸਫੁਲ ਹੈ ਚਾਹੇ ਐਜ਼ ਅ ਸਟੂਡੈਂਟ ਸਕਸੈਸਫੁਲ ਹੈ ਚਾਹੇ ਐਜ਼ ਅ ਹਸਬੰਡ ਸਕਸੈਸਫੁਲ ਹੈ ਚੰਗੇ ਪੈਸੇ ਕਮਾਉਂਦਾ ਚੰਗੀ ਤਰ੍ਹਾਂ ਰਹਿੰਦਾ ਖਾਂਦਾ ਪੀਂਦਾ ਉਹ ਨਸ਼ੇ ਵੱਲ ਜਾਂਦਾ ਹੀ ਨਹੀਂ ਜਾਂਦਾ ਨਹੀਂ ਬਿਲਕੁਲ ਇਹ ਇਹ ਇੱਕ ਉਹ ਉਹ ਕੰਡੀਸ਼ਨਾਂ ਨੇ ਸੋਸਾਇਟੀ ਚ ਜਿਹੜੀਆਂ ਕਿ ਬੰਦੇ ਨੂੰ ਡਿਪਰੈਸ ਕਰਦੀਆਂ ਨੇ ਜਦੋਂ ਉਹ ਡਿਪਰੈਸ ਹੁੰਦਾ ਫਿਰ ਉਹਨੂੰ ਕਿਸੇ ਨਾ ਕਿਸੇ ਨਸ਼ੇ ਦੇ ਸਹਾਰੇ ਦੀ ਲੋੜ ਹੁੰਦੀ ਪਹਿਲਾਂ ਤਾਂ ਉਹ ਥੋੜੇ ਜਿਹੇ ਦਿਨ ਦੂਰ ਕਰਨ ਵਾਸਤੇ ਕਰਦਾ ਫਿਰ ਉਹ ਉਹਨੂੰ ਆਦਤ ਪੈ ਜਾਂਦੀ ਹੈ ਤੇ ਉਹ ਨਸ਼ੇੜੀ ਬਣ ਜਾਂਦਾ ਉਹ ਸਮਝਦਾ ਮੈਂ ਨਸ਼ਾ ਸ਼ੁਰੂ ਕਰਨ ਨਾਲ ਮੇਰੀ ਪ੍ਰੋਬਲਮ ਖਤਮ ਹੋ ਜੂਗੀ ਪਰ ਪ੍ਰੋਬਲਮ ਉੱਥੋਂ ਹੀ ਸਟਾਰਟ ਹੁੰਦੀ ਹੈ ਜਿਸ ਦਿਨ ਤੋਂ ਉਹ ਨਸ਼ਾ ਕਰਨਾ ਛੁੱਟ ਸਕਦਾ ਡਾਕਟਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਉਹਨੂੰ ਆਪਣਾ ਸਮਾਂ ਵੀ ਨਜ਼ਦੀਕ ਹੋ ਗਿਆ ਮੈਂ ਇੱਕ ਵਾਰ ਮੁੜ ਕੇ ਫਿਰ ਉਸੇ ਗਲਤੀ ਆਉਣਾ ਜੋ ਸਾਰੇ ਦਰਸ਼ਕ ਸਾਨੂੰ ਸਕਰੀਨ ਤੇ ਜੁੜੇ ਹੋਏ ਨੇ ਸਾਡੇ ਨਾਲ ਤੇ ਉਹਨਾਂ ਲਈ ਫਿਰ ਇਹ ਤੁਹਾਡੀ ਸਟਡੀਓ ਅੱਜ ਆਪਾਂ ਨੇ ਦਰਸ਼ਕਾਂ ਦੇ ਸਾਹਮਣੇ ਰੱਖੀਗੀ ਜਿਹੜਾ ਸੁੱਖ ਦਾ ਸਾਹ ਜਿਹੋ ਪੰਜਾਬ ਪਰ ਦੀ ਗੰਭੀਰ ਰੋਗੇ ਸੋਚਦੇ ਨੇ ਜਾਂ ਫਿਰ ਜੋ ਪੰਜਾਬ ਦੇ ਧਰਤੀ ਦੇ ਉਹ ਜਾਈ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜੋ ਉਹ ਗੱਲ ਸੋਚਦੇ ਨੇ ਕਿ ਪੰਜਾਬ ਤਾਂ ਯਾਰ ਇੱਕ ਕਲਾਸ ਦੀ ਨਲਾਇਕੀਆਂ ਕਰਕੇ ਨਸ਼ੇ 'ਚ ਡੁੱਬ ਗਿਆ ਉਹਨਾਂ ਲਈ ਇਹ ਇੰਟਰਵਿਊ ਬੜੀ ਸਹਾਇਕ ਸਿੱਧ ਹੋਊਗੀ ਜੋ ਤੁਹਾਡੀ ਸਟਡੀ ਸੁਣਨਗੇ ਇੰਟਰਵਿਊ ਸੁਣਨਗੇ ਕਿ ਨਹੀਂ ਐਦਾਂ ਨਹੀਂ ਹੈ ਦੇਖੋ ਗੱਲ ਇਹ ਹੈ ਵੀ ਪੰਜਾਬ 'ਚ ਨਸ਼ਾ ਤਾਂ ਵੱਧ ਹੈ ਪਰ ਉਹ ਜਿਹੜਾ ਆਪਣਾ ਪ੍ਰੋਪਾਗੈਂਡਾ ਕੀਤਾ ਗਿਆ ਸੀ ਭਈ ਨਸ਼ਾ ਆਪਣਾ ਜਿਵੇਂ ਸ਼ਰਾਬ ਦਾ ਨਸ਼ਾ ਹੈ ਭਈ ਭਈ ਇੱਕ ਨੰਬਰ ਤੇ ਹੈ ਨਸ਼ਾ ਭਈ ਉਹ ਇੱਕ ਨੰਬਰ ਤੇ ਨਹੀਂ ਜੇ ਆਪਾਂ ਸ਼ਰਾਬ ਦੇ ਮਾਮਲੇ 'ਚ ਗੱਲ ਕਰਾਂ ਮੈਂ ਤਾਂ ਸ਼ਰਾਬ ਦੇ ਮਾਮਲੇ 'ਚ ਪੰਜਾਬ ਤੋਂ ਅਰੁਣਾਚਲ ਪ੍ਰਦੇਸ਼ ਤੇ ਛੱਤੀਸਗੜ੍ਹ ਪੰਜਾਬ ਤੋਂ ਕਿਤੇ ਉੱਤੇ ਨੇ ਤੇ ਪੰਜਾਬ ਤੀਜੇ ਨੰਬਰ ਤੇ ਆਉਂਦਾ ਤੇ ਜੇ ਆਪਾਂ ਓਪੀਆਰ ਦੀ ਗੱਲ ਕਰੀਏ ਤਾਂ ਪੰਜਾਬ ਜਿੰਨੀਆਂ ਨਾਰਥ-ਈਸਟ ਸਟੇਟਸ ਨੇ ਪੰਜਾਬ 6ਵੇਂ ਨੰਬਰ ਤੇ ਆਉਂਦਾ ਉਹ ਉਹ ਗੱਲ ਆ ਡਾ ਕਿ ਵੀ ਪੰਜਾਬ ਚ ਨਸ਼ਾ ਇਹ ਵੱਧ ਰਿਹਾ ਹੈ ਵੱਧ ਹੈਗਾ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਪੰਜਾਬ ਦਾ ਨਸ਼ਾ ਇਸ ਕਰਕੇ ਨਹੀਂ ਵੱਧ ਰਿਹਾ ਕਿ ਇੱਥੇ ਨਸ਼ੇ ਦੀ ਅਵੇਲੇਬਿਲਟੀ ਹੈ ਤੇ ਹੋਰ ਚੀਜ਼ਾਂ ਨੇ ਸਾਡੀਆਂ ਜਿਹੜੀਆਂ ਹੋਰ ਸਮੱਸਿਆਵਾਂ ਨੇ ਜਿਹੜੀਆਂ ਕਿ ਬੇਰੁਜ਼ਗਾਰੀ ਹੈ ਅਨਪਲਾਈਮੈਂਟ ਹੈ ਸਾਨੂੰ ਲੈਕ ਆਫ ਅਵੇਅਰਨੈਸ ਤੇ ਤੁਹਾਡੀ ਲੋ ਕੁਆਲਿਟੀ ਆਫ এডਿਕੇਸ਼ਨ ਹੈ ਯਾਨੀ ਕਿ ਅਸੀਂ ਬੰਦਾ 12 15 ਸਾਲ ਲਾ ਲੈਂਦਾ ਯੂਨੀਵਰਸਿਟੀ ਚ ਵੀ ਲਾਂਦਾ ਤੇ ਕਾਲਜ ਚ ਵੀ ਲਾ ਲੈਂਦਾ ਤੇ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਜਿਹਦੇ ਕਰਕੇ ਚਾਰ ਪੈਸੇ ਕਮਾ ਲੈ ਤਾਂ ਉਹ ਫਿਰ ਬੰਦੇ ਇਧਰ ਨੂੰ ਗਰਸਤੇ ਜਾਂਦੇ ਨੇ ਹਾਂਜੀ ਸੋ ਇਹ ਜਿਹੜਾ ਤੁਸੀਂ ਗੱਲ ਕੀਤੀ ਸੀ ਨਾ ਵੀ ਸਰਕਾਰਾਂ ਨੂੰ ਆਮਦਨ ਹੁੰਦੀ ਹੈ ਸਰਕਾਰਾਂ ਨੂੰ ਆਮਦਨ ਹੋ ਜਾਂਦੀ ਹੈ ਉਹ 7000 ਕਰੋੜ ਰੁਪਏ ਸਰਕਾਰਾਂ ਵਾਸਤੇ ਕੁਝ ਬਹੁਤੀ ਚੀਜ਼ ਗੱਲ ਨਹੀਂ ਹੁੰਦੀ ਪਰ ਉਹਦੇ ਨਾਲ ਜਿਹੜੀ ਜਿਹੜੀ ਸਾਡੇ ਯੂਥ ਹੈ ਉਹ ਉਹ ਜਵਾਨੀ ਤੇ ਨਾਸ਼ ਹੋ ਰਿਹਾ ਹੈ ਉਹ ਜ਼ਿਆਦਾ ਜ਼ਰੂਰੀ ਹੈ ਪਰ ਇਹ ਗੱਲ ਮੈਂ ਕਹਾਂਗਾ ਵੀ ਪੰਜਾਬ ਜਿਹੜਾ ਹੈ ਨਾ ਉਹ ਗਲਤ ਲੱਭਤਾਂ ਲੱਭਤਾਂ ਨੂੰ ਗਲਤ ਪੇਸ਼ ਕਰਨ ਕਰਕੇ ਨੰਬਰ 1 ਬਣਾਤਾ ਜਿਹੜੀ ਕਿ ਬਿਲਕੁਲ ਹੀ ਨਹੀਂ ਸੀਗੀ ਜੇ ਹੁਣ ਮੈਂ ਤੁਹਾਡਾ ਨੈਸ਼ਨਲ ਲੈਵਲ ਦਾ ਵੀ ਡਾਟਾ ਆਪਾਂ ਗੱਲ ਕਰਦੇ ਆ ਤਾਂ ਪੰਜਾਬ ਚ ਸਿਰਫ 6% ਨਸ਼ੇ ਕਰਨ ਵਾਲੇ ਨੇ ਤੇ ਉਹ ਵੀ 6% ਨੇ ਨਾ ਜਿਹੜੇ ਉਹ ਵੀ 10 ਤੋਂ ਲੈ ਕੇ 75 ਸਾਲ ਦੀ ਉਮਰ ਤੱਕ ਦਾ ਡਾਟਾ ਇਕੱਠਾ ਕੀਤਾ ਹੋਇਆ ਕਿਉਂਕਿ ਅਸੀਂ ਇਹ ਅਸਿਊਮ ਕਰਦੇ ਹਾਂ ਵੀ 10 ਸਾਲ ਤੋਂ ਪਹਿਲਾਂ 10 ਸਾਲ ਤੋਂ ਪਹਿਲਾਂ ਨਸ਼ਾ ਨਹੀਂ ਕਰਦਾ ਤੇ 75 ਸਾਲ ਤੱਕ ਜਿਹੜਾ ਸੈਂਪਲ ਲਿਆ ਸੀ ਨਾ ਨੈਸ਼ਨਲ ਸਟਡੀ ਨੇ ਉਹਦੇ 'ਚ ਇਹ ਹੈ ਤੇ ਇਹ ਇਹ ਨਹੀਂ ਵੀ ਅਸੀਂ ਸਾਰਿਆਂ ਤੋਂ ਅੱਗੇ ਹਾਂ ਤੇ ਆਹ ਨਸ਼ੇ 'ਚ ਹਰਿਆਣਾ ਵੀ ਸਾਡੇ ਨਾਲੋਂ ਪਿੱਛੇ ਨਹੀਂ ਦਿੱਲੀ ਵੀ ਸਾਡੇ ਨਾਲੋਂ ਪਿੱਛੇ ਨਹੀਂ ਉਹ ਵੀ ਸਾਡੇ ਬਰਾਬਰ ਜੀ ਪਰ ਉਹ ਮੁੜਦਾ ਪੰਜਾਬ ਹੋਣ ਕਰਕੇ ਇਹ ਜਿਹੜੀ ਮੇਰੀ ਆਪਣੇ ਬੁੱਕ ਦੀ ਜਿਹੜੀ ਆਪਣਾ ਫਾਈਨਡਿੰਗ ਸੀ ਉਹਨੂੰ ਗਲਤ ਕੋਟ ਕਰਨ ਕਰਕੇ ਇਹ ਸਾਰਾ ਪੰਜਾਬ ਨੂੰ ਬਦਨਾਮ ਕੀਤਾ ਗਿਆ ਬਿਲਕੁਲ ਬਦਨਾਮ ਕੀਤਾ ਗਿਆ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਦਰਸ਼ਕੋ ਤੁਸੀਂ ਜਰੂਰ ਮੇਰੇ ਹੱਥ 'ਚ ਕਿਤਾਬ ਹੈ ਉਹ ਡਰਗ ਐਡਿਕਸ਼ਨ ਇਨ ਪੰਜਾਬ ਡਾਕਟਰ ਰਣਵਿੰਦਰ ਸਿੰਘ ਸੰਧੂ ਤੁਸੀਂ ਜਰੂਰ ਇਹ ਸਟਡੀ ਕਰਿਓ ਤੁਸੀਂ ਆਪ ਸਮਝਿਓ ਨਾ ਕਿ ਦੇ ਤੁਹਾਨੂੰ ਸਰਕਾਰਾਂ ਕਹਿਨੀਆਂ ਨੇ ਜਾਂ ਤੁਹਾਨੂੰ ਸ਼ਾਮ ਨੂੰ ਟੀਵੀ ਤੇ ਪ੍ਰਾਈਮ ਟਾਈਮ ਵਿੱਚ ਦਿਖਾਇਆ ਜਾਂਦਾ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਆਹ ਹਾਲਤ ਹੈ ਕਿਸੇ ਦੇ ਸੁਣਨ ਨਾਲੋਂ ਤੁਸੀਂ ਡਾਕਟਰ ਸਾਹਿਬ ਦੀ ਆ ਕਿਤਾਬ ਪੜ੍ਹ ਕੇ ਜਰੂਰ ਸਮਝਿਓ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਕੀ ਹਾਲਾਤ ਨੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵਾਰ ਫਿਰ ਡਾਕਟਰ ਦਾ ਸ਼ੁਕਰੀਆ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਨੂੰ ਚਲੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਜਿਹੜੇ ਵਿਚਾਰ ਸੀ ਲੋਕਾਂ ਸਾਹਮਣੇ ਦਿੱਤੇ ਮੇਰਾ ਚਾਹੇ ਇੱਥੇ ਟੈਲੀਫੋਨ ਨੰਬਰ ਵੀ ਦੇ ਦਿਓ ਜੇ ਕਿਸੇ ਨੂੰ ਸਿੱਧੀ ਗੱਲ ਕਰਨੀ ਹੋਵੇ ਤਾਂ ਮੈਂ ਸਮਝਾ ਸਕਦਾ ਜੀ ਤੁਸੀਂ ਆਪਣਾ ਫੋਲੋਅਰ ਜਰੂਰ ਦੱਸੋ ਮੇਰਾ ਫੋਨ ਨੰਬਰ ਹੈਗਾ ਜੀ 98155 90099 ਜਰੂਰ ਦਰਸ਼ਕੋ ਤੁਸੀਂ ਕੋਈ ਆਪਣਾ ਸ਼ੰਕਾ ਕਲੀਅਰ ਕਰਨਾ ਹੋਵੇ ਕੋਈ ਤੁਸੀਂ ਫਾਈਨਡਿੰਗ ਹੋਵੇ ਜੇ ਤੁਸੀਂ ਡਾਕਟਰ ਸਾਹਿਬ ਨੂੰ ਕਾਲ ਕਰਕੇ ਗੱਲ ਕਰ ਸਕਦੇ ਹੋ ਤੁਸੀਂ ਬੜੇ ਹੋ ਤੁਹਾਡੇ ਆਪਣੇ ਚੈਨਲ ਲੋਗਰਮ ਚੈਨਲ ਪੰਜਾਬੀ ਤੇ ਧੰਨਵਾਦ